लख तोवै सकहु टल गुर सेविय अहनिस सहज सुबाए दर्शन परसै गुरु कै जन्म मरण दुख जाए दर्शन परसै गुरु कै जन्म मरण दुख जाए सतनाम श्री वाहे गुरु साहिब जी। प्रभ कै सिमरन रिद सिद्ध नव निध। प्रभ कै सिमरन ज्ञान ध्यान तत बुद्ध। प्रभ कै सिमरन रिद सिद्ध नव निध। प्रभ कै सिमरन ज्ञान ध्यान तत बुद्ध। प्रभ कै सिमरन जप तप पूजा। प्रभ कै सिमरन बिनसै दूजा। प्रभ कै सिमरन तीर्थ इशनानी। प्रभ कै सिमरन दरगह मानी। प्रभ कै सिमरन होय सो भला। प्रभ कै सिमरन सुफल फला। से सिमरह जिन आप सिमराए नानक ताकै लागौ पाए। से सिमरह जिन आप सिमराए नानक ताकै लागौ पाए। वाहिगुरु जी का खालसा वाहे गुरु जी की फतेह। सच्चे पातशाह दीन दुनिया दे मालक कृपा दे सागर पतित पावन तन साहिब श्री गुरु ग्रंथ साहिब जी महाराज हजूर दी परम कृपालता सदका आप जी सतसंगत विच जीवन दे अमोलक सुवासा नूं सफलियां कर रहे हो। चौजी पातशाह सरबंस दानी धन गुरु गोबिंद सिंह सच्चे पातशाह जी महाराज हजूर दे ज्योति ज्योत समाउण अस्थान तखत सचखंड श्री हजूर श्री अबचल नगर साहिब विखे आप जी दर्शन दीदार करते हुए सतसंगत दियां कड़ियां दा सुख माण रहे हो। साध संगत जी अज गुरुद्वारा संगत साहिब जी का जोड़ मेला सालाना शब्द चौंकी जिस दी प्रारंभता सतगुरु जी दे हजूर पावन तख्त अस्थान तो हुई है। आप संगत ने दर्शन दीदार कीते ने। सच्चे पातशाह जी ने इस पावन अस्थान ते हजूर ने मोहरां दा खजाना ढालां भर भर के सच्चे पातशाह जी ने वंडिया सीगा। गुदारी घूमदी हुई जदों इस नंदेड़ शहर दे विच दी
ਲੰਘਦੀ ਹੈ। ਗੁਰਦੁਆਰਾ ਸੰਗਤ ਸਾਹਿਬ ਉੱਚੀ ਥਾਂ 'ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਬੈਠ ਕਰਕੇ ਗੋਦਾਵਰੀ ਦੇ ਕੰਢੇ 'ਤੇ ਮਹਾਰਾਜ ਜੀ ਨੇ ਮੁਹਰਾਂ ਦਾ ਖਜ਼ਾਨਾ ਸੱਚੇ ਪਾਤਸ਼ਾਹ ਜੀ ਨੇ ਲੁਟਾਇਆ, ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਹਜ਼ੂਰ ਦੀ ਯਾਦਗਾਰ ਪਵਿੱਤਰ ਢਾਲ ਸੰਗਤਾਂ ਦਰਸ਼ਨ ਕਰਦੀਆਂ ਨੇ। ਇਹ ਗੁਰਸਿੱਖਾਂ ਨੇ ਗੁਰਮਤਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਸਾਲਾਨਾ ਜੋੜ ਮੇਲੇ, ਸ਼ਬਦ ਚੌਂਕੀਆਂ, ਜੋ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਹੋਏ, ਉਹਨਾਂ ਨੇ ਇਹ ਬਹੁਤ ਭਾਰੀ ਉਪਰਾਲੇ ਕੀਤੇ। ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਦੇ ਵਿਸ਼ੇਸ਼ ਪਾਤਰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਵੱਡੇ ਉਪਕਾਰ ਕੀਤੇ, ਸਤਿਗੁਰਾਂ ਜੀ ਦੀ ਸਿੱਖੀ ਤਨ ਮਨ ਧਨ ਕਰਕੇ ਕਮਾਈ, ਗੁਰਸਿੱਖ ਸੰਗਤਾਂ ਉਹਨਾਂ ਰਵਾਇਤਾਂ ਨੂੰ ਕਾਇਮ ਰੱਖਦੀਆਂ ਹੋਈਆਂ ਸ਼ਬਦ ਚੌਂਕੀ ਵਿੱਚ ਹਾਜ਼ਰੀਆਂ ਭਰਦੀਆਂ ਨੇ। ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ 'ਤੇ ਅੱਜ ਸੰਗਤੀ ਰੂਪ ਵਿੱਚ ਇਕੱਠਿਆਂ ਹੋ ਕਰਕੇ ਸਭ ਨੇ ਸਤਿਗੁਰੂ ਜੀ ਦੇ ਉੱਥੇ ਚਰਨਾਂ ਨੂੰ ਪਰਸਦਿਆਂ ਹੋਇਆਂ ਇਹ ਜੋੜ ਮੇਲਾ ਮਨਾਉਣਾ ਹੈ। ਇਹਨਾਂ ਅਸਥਾਨਾਂ 'ਤੇ ਵੀ ਸਾਧ ਸੰਗਤ ਜੀ ਬਹੁਤ ਉਪਦਰਵ ਜਿਹੜੇ ਸੀ ਦੁਖੀਆਂ ਵੱਲੋਂ ਹੁੰਦੇ ਰਹੇ, ਅਸਥਾਨਾਂ 'ਤੇ ਕਬਜ਼ਾ ਕਰਨ ਲਈ, ਨਿਸ਼ਾਨ ਸਾਹਿਬਾਂ ਨੂੰ ਉੱਥੋਂ ਹਟਾਉਣ ਲਈ, ਪਰ ਸਿੰਘਾਂ ਨੇ ਬੜੀ ਭਾਰੀ ਕੁਰਬਾਨੀਆਂ ਕੀਤੀਆਂ, ਆਪਣੀਆਂ ਸ਼ਹਾਦਤਾਂ ਦਿੱਤੀਆਂ ਸਤਿਗੁਰਾਂ ਜੀ ਦੇ ਪਾਵਨ ਅਸਥਾਨਾਂ ਨੂੰ ਕਾਇਮ ਰੱਖਣ ਲਈ, ਆਪਣਾ ਆਪਾ ਵਾਰ ਦਿੱਤਾ। ਉਹਨਾਂ ਦੀ ਕੁਰਬਾਨੀਆਂ ਨੂੰ ਵੀ, ਸ਼ਹਾਦਤਾਂ ਨੂੰ ਵੀ ਨਮਸਕਾਰ ਹੈ। ਅੱਜ ਸਾਧ ਸੰਗਤ ਜੀ ਹੋਰ ਵਿਸ਼ੇਸ਼ ਦਿਹਾੜਾ ਹੈ, ਸ਼ਹੀਦੀ ਸਾਕਾ ਸ਼੍ਰੀ ਨਨਕਾਣਾ ਸਾਹਿਬ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਵਤਾਰ ਧਾਰਨ ਅਸਥਾਨ, ਜਿਸ ਦਾ ਨਾਮ ਪਹਿਲੋਂ ਰਾਏਪੁਰ ਕਰਕੇ ਵੀ ਜ਼ਿਕਰ ਆਉਂਦਾ ਹੈ, ਫਿਰ ਰਾਏਪੁਰ ਦੀ ਤਲਵੰਡੀ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਨੇ ਆਪ ਇੱਥੇ ਆਉਣਾ ਕੀਤਾ, ਅਵਤਾਰ ਧਾਰਿਆ ਅਤੇ ਰਾਏ ਬੁਲਾਰ ਜੀ ਸੱਚੇ ਪਾਤਸ਼ਾਹ ਦੇ ਮੁਰੀਦ ਹੋ ਗਏ, ਆਖਿਆ ਇਸ ਦਾ ਨਾਮ ਹੁਣ ਸਾਡੇ ਨਾਂ ਤੋਂ ਨਹੀਂ ਰਹਿਣਾ ਚਾਹੀਦਾ ਕਿ ਰਾਏ ਭੋਏ ਦੀ ਤਲਵੰਡੀ ਹੈ। ਕਹਿੰਦੇ ਨਹੀਂ, ਇਹ ਤਾਂ ਨਾਨਕ ਆਉਣਾ, ਇੱਥੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਹੋਇਆ, ਇਸ ਕਰਕੇ ਇਹਦਾ ਨਾਮ ਨਨਕਾਣਾ ਚਾਹੀਦਾ। ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ। ਸਤਿ ਸੰਗਤ ਜੀ, ਸੱਚੇ ਪਾਤਸ਼ਾਹ ਦੇ ਇਸ ਪਾਵਨ ਅਸਥਾਨ 'ਤੇ ਬਹੁਤ ਭਾਰੀ ਜੋੜ ਮੇਲੇ ਆਦਿ ਕਾਲ ਤੋਂ ਹੀ, ਗੁਰੂ ਕਾਲ ਤੋਂ ਹੀ ਮਨਾਏ ਜਾਂਦੇ ਰਹੇ ਹੈ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਅਸਥਾਨ ਨਨਕਾਣਾ ਸਾਹਿਬ ਵਿੱਚ ਕਾਇਮ ਨੇ। ਜਿਹੜੇ ਇਹ ਖਿਆਲ ਕਰਕੇ ਕਹਿੰਦੇ ਆ ਨਾ, ਵੇਖੋ ਜੀ, ਗੁਰਦੁਆਰੇ ਸਾਹਿਬਾਂ ਦੀ ਯਾਤਰਾ ਨਹੀਂ ਕਰਨੀ ਚਾਹੀਦੀ, ਤੁਸੀਂ ਕੇਵਲ ਆ ਘਰ 'ਚ ਹੀ ਕਿਰਤ ਕਰੋ ਅਤੇ ਅਖੇ ਭਜਨ ਕਰਿਆ ਕਰੋ। ਬਈ, ਗੁਰਦੁਆਰਿਆਂ ਦੇ ਦਰਸ਼ਨ ਕਰਨੇ ਇਹ ਸਤਿਗੁਰਾਂ ਜੀ ਨੇ ਆਪ ਰਵਾਇਤਾਂ ਤੋਰੀਆਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਅਤੇ ਨਮਸਕਾਰ ਕਰਨ ਵਾਸਤੇ ਗਏ ਸੀ, ਅਤੇ ਸੱਚੇ ਪਾਤਸ਼ਾਹ ਦਾ ਜਿੱਥੇ ਉਤਾਰਾ ਹੋਇਆ ਉੱਥੇ ਵੀ ਸੁੰਦਰ ਅਸਥਾਨ ਬਣਿਆ ਹੋਇਆ ਹੈ। ਇਸ ਕਰਕੇ ਜੇ ਗੁਰੂ ਸਾਹਿਬ ਆਪ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹੈ ਤਾਂ ਫਿਰ ਸਾਡੇ ਲਈ ਕਿੱਡਾ ਵੱਡਾ ਲਾਭ ਹੋਵੇਗਾ ਗੁਰੂ ਜੀ ਦੇ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਦਾ। ਸਤਿ ਸੰਗਤ ਜੀ, ਸੰਖੇਪ ਵਿੱਚ ਹੀ ਬੇਨਤੀ ਕਰਾਂਗਾ, ਕਿਉਂਕਿ ਲੜੀਵਾਰ ਕਥਾ ਵਿੱਚ ਸਤਸੰਗੀਆਂ ਦਾ ਜਿਹੜਾ ਸੁਰਤਾ ਹੁੰਦਾ ਹੈ, ਪਰ ਦਿਹਾੜੇ ਆਉਂਦੇ ਹੈ, ਸ਼ਹੀਦੀ ਪੁਰਬ ਆਉਂਦੇ ਹੈ, ਸਤਿਗੁਰਾਂ ਜੀ ਦੇ ਅਵਤਾਰ ਗੁਰਪੁਰਬ ਆਉਂਦੇ ਹੈ, ਤੋ ਵੀ ਤਖਤ ਅਸਥਾਨ ਹੋਣ ਕਰਕੇ ਥੋੜ੍ਹਾ ਮਾਤਰ ਹਾਜ਼ਰੀ ਜਿਹੜੀ ਹੈ ਉਹ ਜ਼ਰੂਰ ਆਪਾਂ ਲਵਾਈ ਦੀ ਹੈ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਇਹ ਸਾਜਿਆ ਹੋਇਆ ਪੰਥ ਪੰਜਾਬ ਦੇ ਅੰਦਰ ਜਦੋਂ ਅੰਗਰੇਜ਼ ਨੇ ਕਬਜ਼ਾ ਕੀਤਾ, ਅੰਗਰੇਜ਼ ਨੇ ਜਦੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਖਾਲਸੀ ਪਰਚਮ ਹਟਾ ਕਰਕੇ ਈਸਟ ਇੰਡੀਆ ਦਾ ਝੰਡਾ ਜਦੋਂ ਲਹਿਰਾਇਆ, ਬਹੁਤ ਵੱਡਾ ਖਜ਼ਾਨਾ ਅੰਗਰੇਜ਼ ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਤੋਸ਼ਾਖਾਨਾ ਉਸ ਨੂੰ ਪ੍ਰਾਪਤ ਹੋਇਆ। ਹੈਰਾਨ ਹੋ ਗਿਆ ਸੀ ਉਸ ਸਮੇਂ ਦਾ ਗਵਰਨਰ ਜਨਰਲ ਕਿ ਸਾਰੀ ਦੁਨੀਆ ਲੁੱਟ ਕੇ ਉਹਨਾਂ ਨੂੰ ਇੰਨਾ ਖਜ਼ਾਨਾ ਨਹੀਂ ਸੀ ਲੱਭਾ ਜਿੰਨਾ ਅਮੀਰ ਸਾਡਾ ਪੰਜਾਬ ਦੇਸ਼ ਸੀਗਾ। ਕੋਹੇਨੂਰ ਹੀਰਾ ਵੀ ਉਹਨਾਂ ਨੂੰ ਇਸੇ ਖਜ਼ਾਨੇ 'ਚੋਂ ਪ੍ਰਾਪਤ ਹੋਇਆ। ਜਦੋਂ ਅੰਗਰੇਜ਼ ਨੇ ਭਾਵੇਂ ਸਾਰੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਸੀਗਾ, ਪਰ ਫਿਰ ਵੀ ਖਾਲਸਾ ਪੰਥ ਦੀ ਉਹ ਕਮਰ ਨਹੀਂ ਸੀ ਤੋੜ ਸਕਿਆ। ਬੜਾ ਉਹ ਹੈਰਾਨ ਪਰੇਸ਼ਾਨ ਸੀ ਕਿ ਇਹਨਾਂ ਨੂੰ ਜਿਹੜੀ ਹੈ ਇਮਦਾਦ ਕਿੱਥੋਂ ਪ੍ਰਾਪਤ ਹੁੰਦੀ ਹੈ। ਇਹਨਾਂ ਨੂੰ ਗੁਜਰਾਨ ਵਾਸਤੇ ਮਾਇਆ ਜਿਹੜੀ ਹੈ ਉਹ ਆਰਥਿਕ ਜਿਹੜੀ ਇਹਨਾਂ ਨੂੰ ਮਦਦ ਕਿੱਥੋਂ ਪ੍ਰਾਪਤ ਹੁੰਦੀ ਹੈ। ਅੰਗਰੇਜ਼ ਬਹੁਤ ਹੈਰਾਨ ਸੀ, ਖਾਲਸੇ ਪੰਥ ਦੀ ਕਮਰ ਨਹੀਂ ਸੀ ਤੋੜ ਸਕਿਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਹੀ ਹੁੰਦੀ ਸੀ। ਅਤੇ ਇਹ ਇਤਿਹਾਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੇ ਅੰਗਰੇਜ਼ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਜੋੜ ਮੇਲਾ ਹੁੰਦਾ ਅਤੇ ਇਹ ਖਾਲਸਾ ਰਾਜ ਤੋਂ ਬਾਹਰ ਸੀ ਸਾਡਾ ਇਹ ਸਥਾਨ, ਇੱਥੇ ਅੰਗਰੇਜ਼ ਦਾ ਰਾਜ ਸੀ ਅਤੇ ਅੰਗਰੇਜ਼ ਵੱਲੋਂ ਅਕਾਲੀ ਜੀ ਦੇ ਵਾਂਟਡ ਦੇ ਪੋਸਟਰ ਲਾਏ ਜਾਂਦੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਕਿ ਇਹਨਾਂ ਦੇ ਸਿਰ ਦਾ ਇਨਾਮ ਰੱਖਿਆ ਹੋਇਆ। ਜਦੋਂ ਅੰਗਰੇਜ਼ ਨੇ ਫਿਰ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਵੀ ਖਾਲਸਾਈ ਮੁਹਿੰਮਾਂ ਜਿਹੜੀਆਂ ਸੀ ਉਹਨਾਂ ਦੇ ਉੱਤੇ ਉਹ ਕਾਬੂ ਨਾ ਪਾ ਸਕਿਆ। ਭਾਈ ਮਹਾਰਾਜ ਸਿੰਘ ਸਾਹਿਬ ਉਹਨਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ ਕਿਵੇਂ ਉਹਨਾਂ ਨੇ ਵੱਡੀ ਮੁਹਿੰਮ ਨੂੰ ਵਿੰਡਿਆ ਸੀਗਾ। ਫਿਰ ਸਾਧ ਸੰਗਤ ਜੀ, ਅੰਗਰੇਜ਼ ਨੇ ਵੇਖਿਆ ਕਿ ਇਹਨਾਂ ਨੂੰ ਇਮਦਾਦ ਗੁਰੂ ਅਸਥਾਨਾਂ ਤੋਂ ਪ੍ਰਾਪਤ ਹੁੰਦੀ ਹੈ। ਜਿਹੜੀਆਂ ਸੰਗਤਾਂ ਮਾਇਆ ਭੇਟ ਕਰਦੀਆਂ ਨਾ, ਗੋਲਕਾਂ ਭੇਟ ਕਰਦੀਆਂ, ਗੋਲਕਾਂ ਵਿੱਚ ਮਾਇਆ ਪਾਉਂਦੀਆਂ ਨੇ, ਉਸ ਮਾਇਆ ਨਾਲ ਇਹਨਾਂ ਦੇ ਜਿਹੜੇ ਹੈ ਹਥਿਆਰ ਅਤੇ ਘੋੜੇ ਅਤੇ ਪ੍ਰਸ਼ਾਦਾ ਪਾਣੀ ਸਾਰਾ ਉੱਥੋਂ ਚੱਲਦਾ। ਫਿਰ ਅੰਗਰੇਜ਼ ਨੇ ਇਹ ਇੱਕ ਐਕਟ ਬਣਾਇਆ ਜਿਸ ਐਕਟ ਦੇ ਅਧੀਨ ਸਾਰੇ ਜਿੰਨੇ ਗੁਰਦੁਆਰੇ ਸਾਹਿਬ ਸਨ ਅੰਗਰੇਜ਼ ਨੇ ਆਪਣੇ ਕੰਟਰੋਲ ਥੱਲੇ ਲੈ ਲਏ। ਭਾਵੇਂ ਕਿ ਮੁੱਖ ਅਸਥਾਨਾਂ 'ਤੇ ਮਰਿਆਦਾ ਵਜੋਂ ਸੇਵਾ ਕੁਝ ਸਿੱਖ ਹੀ ਕਰਦੇ, ਪਰ ਉਹਨਾਂ ਦਾ ਗੋਲਕਾਂ ਦਾ ਸਾਰਾ ਪ੍ਰਬੰਧ ਅੰਗਰੇਜ਼ ਨੇ ਆਪਣੇ ਹੱਥ ਵਿੱਚ ਲੈ ਲਿਆ ਖਾਲਸੇ ਪੰਥ ਦੀ ਕਮਰ ਨੂੰ ਤੋੜਨ ਵਾਸਤੇ, ਜਿਸ ਕਰਕੇ ਉਹਨਾਂ ਨੇ ਫਿਰ ਉਦਾਸੀਆਂ ਨੂੰ ਵਰਤਿਆ ਅਤੇ ਜਿਸ ਵਿੱਚੋਂ ਜਿਹੜੇ ਸੀ ਸਾਧ ਸੰਗਤ ਜੀ, ਫਿਰ ਉਦਾਸੀਆਂ ਦਾ ਕਰੂਰ ਚਿਹਰਾ ਜਿਹੜਾ ਸੀ ਉਹ ਸਾਹਮਣੇ ਆਇਆ। ਬੇਨਤੀ ਕਰਾਂ, ਸਾਰੀ ਸੰਪਰਦਾ ਮਾੜੀ ਨਹੀਂ ਹੁੰਦੀ, ਉਦਾਸੀਆਂ ਦੀ ਬਹੁਤ ਵੱਡੀ ਸੇਵਾ ਹੈ ਪੰਥ ਦੇ ਲਈ, ਬੜੀ ਉਹਨਾਂ ਨੇ ਘਾਲਣਾ ਘਾਲੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਸਰੂਪ ਲਿਖਣ ਦੀ, ਮਹਾਰਾਜ ਦੀ ਬਾਣੀ ਦਾ ਸੰਗਤਾਂ ਵਿੱਚ ਪ੍ਰਚਾਰ ਕਰਨ ਦੀ, ਪਰ ਸਾਧ ਸੰਗਤ ਜੀ ਜਿਹੜਾ ਹੈ 100% ਹੀ ਕਿਸੇ ਨੂੰ ਭੰਡ ਨਹੀਂ ਦੇਣਾ ਚਾਹੀਦਾ, 2% ਉਦਾਸੀ ਭ੍ਰਸ਼ਟ ਹੋ ਗਏ ਸੀ ਅਤੇ ਉਸ ਸਮੇਂ ਫਿਰ ਆਮ ਸਿੱਖ ਦੇ ਮਨ ਵਿੱਚ ਰੋਹ ਆ ਗਿਆ ਸੀ ਕਿਉਂਕਿ ਘਟਨਾਵਾਂ ਬੜੀਆਂ ਜਿਹੜੀਆਂ ਦਰਦਨਾਕ ਘਟੀਆਂ ਸੀ। ਪਿੱਛੋਂ ਅੰਗਰੇਜ਼ ਸ਼ਹਿ ਦਿੰਦਾ ਸੀ ਕਿ ਧਾਰਮਿਕ ਅਸਥਾਨਾਂ ਦੀ ਜਿਹੜੀ ਪਵਿੱਤਰਤਾ ਉਹ ਕਾਇਮ ਨਾ ਰਹੇ, ਆਮ ਸਿੱਖ ਉੱਥੇ ਮੱਥਾ ਟੇਕਣ ਵੀ ਨਾ ਆਵੇ ਅਤੇ ਮਾਇਆ ਵੀ ਜਿਹੜੀ ਚੜ੍ਹਦੀ ਉਹ ਵੀ ਸਰਕਾਰ ਦੇ ਖਜ਼ਾਨੇ ਵਿੱਚ ਜਾਂਦੀ। ਉਦੋਂ ਦੇ ਬਣਾਏ ਹੋਏ ਐਕਟ ਅਜੇ ਵੀ ਕਾਇਮ ਨੇ ਸਾਧ ਸੰਗਤ ਜੀ, ਮਾਫ ਕਰਨਾ, ਅਜੇ ਵੀ ਕਾਇਮ ਨੇ ਉਹ ਕਾਨੂੰਨ, ਧਾਰਮਿਕ ਸਥਾਨਾਂ 'ਤੇ ਲਾਗੂ ਹੁੰਦੇ ਹੈ। ਅੰਗਰੇਜ਼ ਨੇ ਜਦੋਂ ਪਿੱਛੋਂ ਹਕੂਮਤ ਹੀ ਸ਼ਹਿ ਦੇਵੇ
कि जो मर्जी आ करो ते फिर गुरु अस्थाना ते साध संगत जी बहुत ज्यादा जिहड़ा सी ना वो महंता ने कुकर्म करने शुरू कर दिते। नौजवान लड़कियां दी पत तक लुट दिती, बच्चियां दा तरन तारन साहब छोटे चार साल दे बच्चे दा सिर वढ़ के सरोवर विच सिट दिता। बहुत गिने नहीं जा सकते किड्डे भारी कुकर्म जिहड़े सी इन्हां ने फिर कीते, जिथों फिर सिख संगतां रोह विच आ गईआं। चाबियां दा लगा मोर्चा साडे सामणे है, जदों बाबा खड़क सिंह जी ने फिर चाबियां दा मोर्चे दी अगवाही कीती ते चाबियां जिहड़ीआं सी अंग्रेज नूं मजबूरन हरिमंदर साहब दीआं चाबियां देणीआं पईआं। तुसीं वेखो अंग्रेज की जाणदा है कि गुरु ग्रंथ साहब सच्चे पातशाह जी महाराज दे हजूर हरिमंदर साहब दी सेवा किवें निभाउणी है। ਭਾਵੇਂ ਜਾਣਦੇ ਹੋਣ ਪਰ ਉਹ ਨਿਭਾਉਣ ਦੀ ਮਰਿਆਦਾ ਨੂੰ ਪੂਰਾ ਕਰ ਸਕਦੇ? ਕੋਈ ਇੱਕ ਜਿਹਦੇ ਸਿਰ 'ਤੇ ਕੇਸ ਨਹੀਂ, ਮੁੱਖ 'ਤੇ ਕੇਸ ਨਹੀਂ, ਉਹ ਗੁਰੂ ਸਾਹਿਬ ਦੀ ਤਾਬਿਆ ਬੈਠ ਕਰਕੇ ਕਿਵੇਂ ਸਾਧ ਸੰਗਤ ਜੀ ਰਹਿਨੁਮਾਈ ਕਰ ਸਕਦਾ ਜਾਂ ਸ਼੍ਰੀ ਮੁਖਵਾਕ ਲੈ ਸਕਦਾ ਹੈ? ਪਰ ਵੇਖ ਲਓ ਹਾਲਾਤ, ਅੰਗਰੇਜ਼ ਦੇ ਹੱਥ ਵਿੱਚ ਸਾਰਾ ਪ੍ਰਬੰਧ ਸੀ ਹਰਿਮੰਦਰ ਸਾਹਿਬ ਜੀ ਦਾ ਵੀ, ਅਤੇ ਫਿਰ ਸਿੱਖਾਂ ਨੇ ਇਹ ਚਾਬੀਆਂ ਦਾ ਮੋਰਚਾ ਲਾਇਆ ਸੀ। ਜਦੋਂ ਫਿਰ ਪ੍ਰਬੰਧ ਆਪਣੇ ਹੱਥਾਂ ਵਿੱਚ ਲਏ ਤੇ ਸਾਧ ਸੰਗਤ ਜੀ ਇਸੇ ਹੀ ਦੌਰ ਦੇ ਅੰਦਰ ਫਿਰ ਇਹ ਮੋਰਚੇ ਲੱਗੇ, ਸਿੰਘ ਸਭਾ ਲਹਿਰ ਦਾ ਚੱਲਣਾ। ਭਾਵੇਂ ਕਿ ਜਿੱਥੇ ਕਿਸੇ ਲਹਿਰ ਵਿੱਚੋਂ ਕੁਝ ਫਾਇਦੇ ਵੀ ਹੁੰਦੇ ਹੈ ਪਰ ਕੁਝ ਨੁਕਸਾਨ ਵੀ ਹੋ ਜਾਂਦੇ ਹੈ। ਨੁਕਸਾਨ ਵੀ ਸਾਡੇ ਸਾਹਮਣੇ ਹੈ, ਉਹ ਕੌਮ ਨੂੰ ਝੱਲਣਾ ਪਿਆ। ਲਾਭ ਵੀ ਹੋਇਆ ਕਿ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਥਿੱਲੋਂ ਗੁਰੂ ਅਸਥਾਨ ਆਜ਼ਾਦ ਹੋਏ। ਪਰ ਸਾਧ ਸੰਗਤ ਜੀ ਇਹ ਲਹਿਰ ਦੇ ਚੱਲਣ ਤੋਂ ਪਹਿਲਾਂ ਹਿੰਦੁਸਤਾਨ ਦੇ 80% ਮੰਦਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਅਤੇ ਹਿੰਦੁਸਤਾਨ ਦੇ ਬਹੁਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਪਣੇ ਸਾਧ ਸੰਗਤ ਜੀ ਮਰਿਆਦਾ ਮੁਤਾਬਕ ਰੀਤੀ ਰਿਵਾਜ ਸਾਰੇ ਕਰਮ ਕਰਦੇ ਸੀ। ਇੱਥੋਂ ਤੱਕ ਕਿ ਬਹੁਤ ਸਾਰੇ ਹਿੰਦੂ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਹੀ ਬੈਠ ਕਰਕੇ ਆਨੰਦ ਕਾਰਜ, ਬੱਚੇ ਦਾ ਜਨਮ ਅਤੇ ਮਰਨ ਦੀਆਂ ਰਵਾਇਤਾਂ ਸਾਰੀਆਂ ਨਿਭਾਉਂਦੇ ਸੀ। ਪਰ ਇਹ ਫਿਰ ਨਫ਼ਰਤ ਦਾ ਬੀਜ ਵੀ ਬੀਜਿਆ ਗਿਆ, ਕਿਉਂਕਿ ਅੰਗਰੇਜ਼ ਦੀ ਨੀਤੀ ਹੀ ਇਹ ਸੀਗੀ ਕਿ ਹਿੰਦੁਸਤਾਨ ਨੂੰ ਜਿਹੜਾ ਹੈ ਧਰਮਾਂ ਦੇ ਵਿੱਚ ਪਾੜ ਦਿਓ, ਫਿਰਕਾ ਪ੍ਰਿਸ਼ਤੀ ਦੇ ਅੰਦਰ ਇਹਨਾਂ ਨੂੰ ਇੱਕ ਦੂਸਰੇ ਤੋਂ ਵੱਖ ਕਰ ਦਿਓ ਅਤੇ ਫਿਰ ਹੀ ਰਾਜ ਕਰ ਸਕਾਂਗੇ। ਅਤੇ ਉਹੋ ਜਿਹੀਆਂ ਨੀਤੀਆਂ ਹਕੂਮਤਾਂ ਨੇ ਅੱਜ ਤੱਕ ਵੀ ਅਪਣਾਈਆਂ ਹੋਈਆਂ ਕਿ ਧਰਮ ਦੇ ਨਾਂ 'ਤੇ ਜਿਹੜਾ ਹੈ ਉਹ ਕਦੇ ਇਕੱਠੇ ਨਾ ਹੋਣ ਦਿਓ, ਫਿਰਕਾ ਪ੍ਰਸਤੀ ਦਾ ਬੀਜ ਬੀਜੋ। ਇਹੋ ਜਿਹੇ ਹਾਲਾਤ ਜਿਹੜੇ ਸੀ ਸਾਧ ਸੰਗਤ ਜੀ, ਜਦੋਂ ਇਹ ਫਿਰ ਬਹੁਤ ਭਾਰੀ ਢਾਅ ਵੀ ਲੱਗੀ, ਨੁਕਸਾਨ ਵੀ ਹੋਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਜਿਸ ਨੂੰ ਬੋਧ ਹੋਵੇ ਸਾਧ ਸੰਗਤ ਜੀ, ਉਹ ਹੀ ਗੁਰੂ ਅਸਥਾਨਾਂ 'ਤੇ ਮਰਿਆਦਾ ਕਾਇਮ ਰੱਖ ਸਕਦੇ ਹੈ। ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ, ਜਿਵੇਂ ਆਪ ਬਾਣੀ ਨਾਲ ਰੰਗੀ ਹੋਈ ਰੂਹ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹੋ ਜਿਹੇ ਪਿਆਰ ਵਾਲੇ ਜਦੋਂ ਗੁਰਸਿੱਖ ਸੇਵਾ ਸੰਭਾਲਦੇ ਆ ਅਸਥਾਨਾਂ ਦੀ, ਤਾਂ ਫਿਰ ਅਸਥਾਨਾਂ ਦੀ ਸੇਵਾ ਸੰਭਾਲ ਸਾਧ ਸੰਗਤ ਜੀ ਉੱਤਮ ਢੰਗ ਨਾਲ ਹੁੰਦੀ। ਅਤੇ ਜਿਹਨੂੰ ਕਿਸੇ ਨੂੰ ਪਤਾ ਨਾ ਹੋਵੇ, ਹੋਰ ਕਿਸੇ ਧਰਮ ਨਾਲ ਨਾਲੇ ਸੰਬੰਧਿਤ ਹੋਵੇ, ਫਿਰ ਹਕੂਮਤ ਦਾ ਉੱਤੇ ਜਿਹੜਾ ਉਹ ਕੁੰਡਾ ਹੋਵੇ, ਅਤੇ ਫਿਰ ਕਿਵੇਂ ਉਹ ਧਰਮ ਦੇ ਅਨੁਸਾਰ ਸਾਰੀ ਕਿਰਿਆ ਕਰਮ ਨੂੰ ਚਲਾਉਣਗੇ? ਨਹੀਂ ਚਲਾ ਸਕਦੇ। ਉਦਾਸੀ ਬਹੁਤ ਜ਼ਿਆਦਾ ਫਿਰ ਅੰਗਰੇਜ਼ਾਂ ਦਾ ਹੱਥ ਠੋਕਾ ਬਣ ਕਰਕੇ ਇਹਨਾਂ ਨੇ ਪੰਥ ਦੇ ਅੰਦਰ ਬੜਾ ਜ਼ਹਿਰ ਘੋਲਿਆ। 2% ਹੀ ਸਨ ਜਿਹੜੇ ਇਹੋ ਜਿਹੇ, ਫਿਰ ਸਾਰੇ ਨਹੀਂ ਆਪਾਂ ਕਹਿ ਸਕਦੇ, ਜਿਨ੍ਹਾਂ ਨੇ ਗੁਰੂ ਅਸਥਾਨਾਂ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ। ਫਿਰ ਭਾਵੇਂ ਕਿ ਉਸ ਸਮੇਂ ਦੇ ਲੀਡਰਾਂ ਨੇ ਜਿਹੜਾ ਸੀ ਜਾਣ ਤੋਂ ਰੋਕਿਆ ਸੀਗਾ, ਪਰ ਫਿਰ ਵੀ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ ਇਹੋ ਜਿਹੇ ਗੁਰਮੁਖਾਂ ਨੇ ਜਦੋਂ ਅਰਦਾਸਾ ਸੋਧ ਲਿਆ ਸੀਗਾ, ਸਤਿਗੁਰੂ ਜੀ ਦੇ ਚਰਨਾਂ ਵਿੱਚ
ਇਹ ਬੇਨਤੀ ਕਰ ਦਿੱਤੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਰਦਾਸ ਤੋਂ ਸ੍ਰੀ ਮੁਖਵਾਕ ਵੀ ਆਇਆ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੀਤੇ ਹੋਏ ਹੁਕਮਨਾਮੇ ਤੇ ਆਪਣੀ ਸ਼ਹਾਦਤ ਦੇਣ ਦਾ ਗੁਰਸਿੱਖਾਂ ਨੇ ਉਸ ਜਥੇ ਨੇ ਆਪਣਾ ਮਨ ਪੱਕਾ ਬਣਾ ਲਿਆ ਕਿ ਲਹੂ ਡੋਲੇ ਤੋਂ ਬਿਨਾਂ ਗੁਰੂ ਅਸਥਾਨ ਤੇ ਲੱਗੇ ਹੋਏ ਦਾਗ ਨਹੀਂ ਧੋਤੇ ਜਾ ਸਕਦੇ। ਫਿਰ ਅਰਦਾਸਾ ਕਰਕੇ ਜਦੋਂ ਤੁਰੇ ਹੈ ਨਨਕਾਣਾ ਸਾਹਿਬ ਦਾ ਸਾਧ ਸੰਗਤ ਜੀ, ਇਹ ਸ਼ਹੀਦੀ ਸਾਕਾ ਅੱਜ ਸ਼ਤਾਬਦੀ ਮਨਾਈ ਜਾ ਰਹੀ ਹੈ, 100 ਸਾਲ ਪੂਰੇ ਹੋ ਚੁੱਕੇ ਹੈ ਇਸ ਸ਼ਹੀਦੀ ਸਾਕੇ ਨੂੰ। ਜਿਸ ਸਮੇਂ ਜਥਾ ਗਿਆ ਸੀਗਾ ਕੀਰਤਨ ਕਰਦੇ ਹੋਏ ਪ੍ਰਵੇਸ਼ ਹੋਏ, ਇਕਦਮ ਥੋੜੇ ਬੰਦੇ ਸੀਗੇ ਉੱਥੇ, ਉਹਨਾਂ ਨੇ ਗੁਰੂ ਅਸਥਾਨ ਜਦੋਂ ਖਾਲੀ ਕਰ ਦਿੱਤਾ, ਸਿੰਘ ਸੰਗਤਾਂ ਸਾਰੀਆਂ ਬੈਠ ਕੇ ਕੀਰਤਨ ਕਰਨ ਲੱਗ ਗਈਆਂ। ਸੱਚੇ ਪਾਤਸ਼ਾਹ ਦੇ ਹਜ਼ੂਰ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਸੀ ਉਹ ਹੋਣ ਲੱਗਾ ਤੇ ਮਹੰਤ ਦੇ ਗੁੰਡਿਆਂ ਨੇ ਜਿਹੜੇ ਦੁਆਲੇ ਸਾਧ ਸੰਗਤ ਜੀ ਬਰਾਂਡਾ ਬਣਿਆ ਹੋਇਆ ਸੀ ਉਹਦੇ ਉੱਤੇ ਚੜ੍ਹ ਕੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਵੀ ਆਪਾਂ ਤਾਂ ਥੋੜ੍ਹੀ ਜਿਹੀ ਆਵਾਜ਼ ਆਵੇ ਤੇ ਇੱਧਰ ਨੂੰ ਸਾਡੇ ਉੱਧਰ ਨੂੰ ਕੰਨ ਹੋ ਜਾਂਦੇ, ਧਿਆਨ ਉਖੜ ਜਾਂਦਾ। ਗੋਲੀ ਚੱਲਦੀ ਵਿੱਚ ਉਹਨਾਂ ਨੇ ਆਸਾ ਦੀ ਵਾਰ ਵਿੱਚ ਸੁਰਤਾਂ ਜੋੜੀ ਰੱਖੀਆਂ। ਕਹੇ ਜੇ ਗੁਰਸਿੱਖ ਹੋਣਗੇ ਮਹਾਰਾਜ ਦੀ ਬਾਣੀ ਦੇ ਪ੍ਰੇਮੀ, ਮੀਂਹ ਵਾਂਗ ਗੋਲੀ ਵਰਦੀ ਸੀ ਪਰ ਫਿਰ ਵੀ ਉਹ ਇਹੀ ਆਪਣੇ ਮੁੱਖ ਤੋਂ ਪੜ੍ਹਦੇ ਤੇ ਸੁਣਦੇ ਸਨ, ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਇਹ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਾਣੀ ਦੇ ਬੋਲ ਆਪਣੇ ਮੁੱਖ ਤੋਂ ਬੋਲਦਿਆਂ ਕੀਰਤਨ ਸੁਣਦਿਆਂ ਕੋਈ ਵੀ ਉੱਠ ਕੇ ਦੌੜਿਆ ਨਹੀਂ। ਫਿਰ ਉਹਨਾਂ ਨੇ ਸੰਗਤ ਵਿੱਚ ਆ ਕਰਕੇ ਬਹੁਤ ਜ਼ਿਆਦਾ ਪਕੜ ਪਕੜ ਕਰਕੇ ਗਰਦਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਛਵੀਆਂ ਟੋਕਿਆਂ ਦੇ ਨਾਲ ਹੱਥਾਂ ਪੈਰਾਂ ਨੂੰ ਜਿਹੜਾ ਸੀ ਵੱਢਣਾ ਸ਼ੁਰੂ ਕਰ ਦਿੱਤਾ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠੇ ਹੋਏ ਸਨ, ਸਾਧ ਸੰਗਤ ਜੀ ਭਾਈ ਸਾਹਿਬ ਦੇ ਕਮਰ ਕੱਸੇ ਵਿੱਚ ਦੀ ਲੰਘ ਕੇ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵਿੱਚ ਵੱਜੀਆਂ। ਭਾਈ ਸਾਹਿਬ ਜੀ ਬੇਹੋਸ਼ ਹੋਏ ਸੀਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਜਿਵੇਂ ਨਮਸਕਾਰ ਕੀਤੀ ਹੁੰਦੀ ਹੈ ਇਵੇਂ ਬੇਹੋਸ਼ ਹੋਏ ਪਏ ਸਨ ਭਾਈ ਲਛਮਣ ਸਿੰਘ ਜੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਸੰਭਾਲ ਹੋ ਰਹੀ ਸੀ ਤੇ ਉਦੋਂ ਦਾਸ ਨੇ ਦਰਸ਼ਨ ਕੀਤੇ ਉਸ ਪਾਵਨ ਸਰੂਪ ਦੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉੱਪਰਲੀ ਮੰਜ਼ਿਲ ਦੇ ਉੱਪਰ ਸਿੰਘ ਉਦੋਂ ਸੇਵਾ ਸੰਭਾਲ ਕਰਦੇ ਸਨ ਤੇ ਬੁਲਾ ਕੇ ਦਾਸ ਨੂੰ ਦਰਸ਼ਨ ਕਰਾਏ ਸੀ ਜਿਸ ਸਰੂਪ ਦੇ ਅੰਦਰ ਸਾਧ ਸੰਗਤ ਜੀ ਗੋਲੀ ਵੱਜੀ ਸੀਗੀ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਤਿਸ ਸਮੇਂ ਖਿੱਚ ਕੇ ਨਖੇੜਿਆ ਗਿਆ। ਜਿਹੜਾ ਸਾਧ ਸੰਗਤ ਜੀ ਵਿਹੜੇ ਵਿੱਚ ਜੰਡ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਘਰ ਵਿੱਚ ਉਹ ਲੱਗਾ ਹੋਇਆ ਜੰਡ ਦਾ ਰੁੱਖ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਸ਼ਹਾਦਤ ਨੂੰ ਬਿਆਨ ਕਰਦਾ ਏ, ਕਈਆਂ ਸਦੀਆਂ ਦਾ ਇਤਿਹਾਸ ਬਿਆਨ ਕਰਦਾ ਏ। ਭਾਈ ਸਾਹਿਬ ਨੂੰ ਪੁੱਠਾ ਉਸ ਜੰਡ ਦੇ ਨਾਲ ਲਟਕਾ ਕਰਕੇ ਫਿਰ ਸਹਿਕਦਿਆਂ ਨੂੰ ਸਾਧ ਸੰਗਤ ਜੀ ਅੱਗ ਲਾ ਕਰਕੇ ਜਿਹੜਾ ਸੀ ਜਲਾਦਾਂ ਨੇ ਇਹਨਾਂ ਜ਼ਾਲਮਾਂ ਨੇ ਸਾੜ ਦਿੱਤਾ ਸੀਗਾ। ਭਾਈ ਸਾਹਿਬ ਦਾ ਛੋਟਾ ਬੱਚਾ ਨਨਕਾਣਾ ਸਾਹਿਬ, ਤੁਸੀਂ ਅੰਦਰ ਜਦੋਂ ਬੈਠੋਗੇ ਨਾ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੋਂ ਦੇ ਗ੍ਰੰਥੀ ਸਿੰਘਾਂ ਨੇ ਲੱਗੇ ਹੋਏ ਉਦੋਂ ਗੋਲੀਆਂ ਦੇ ਨਿਸ਼ਾਨ ਦਾਸ ਨੂੰ ਦਿਖਾਏ ਕਿ ਉਸ ਸਮੇਂ ਦੇ ਲੱਗੇ ਹੋਏ ਗੋਲੀਆਂ ਦੇ ਨਿਸ਼ਾਨ ਨੇ। ਅੰਦਰ ਜਿਵੇਂ ਤਖ਼ਤ ਸਾਹਿਬ 'ਤੇ ਅਲਮਾਰੀਆਂ ਲੱਗੀਆਂ ਹੋਈਆਂ ਨਾ, ਇਵੇਂ ਅਲਮਾਰੀਆਂ ਅੰਦਰ ਲੱਗੀਆਂ ਹੋਈਆਂ, ਉਹਨਾਂ ਵਿੱਚ ਉਹ ਛੋਟਾ ਬੱਚਾ ਵੜ ਕੇ ਬੈਠ ਗਿਆ ਸੀਗਾ ਅਤੇ ਸਾਧ ਸੰਗਤ ਜੀ ਉਹਨੂੰ ਵੀ ਉੱਥੋਂ ਕੱਢ ਕੇ ਨਾ ਉਹਨਾਂ ਨੇ ਅਤੇ ਸਮੇਂ ਜਿੰਦਾ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਸੀਗਾ। ਇਹੋ ਜੀ ਸ਼ਹਾਦਤ ਭਾਈ ਸਾਹਿਬ ਦੇ ਪਚੰਗੀ ਨੇ ਵੀ ਪ੍ਰਾਪਤ ਕੀਤੀ। ਜਦੋਂ ਫਿਰ ਰਾਤ ਦੇ ਅੰਮ੍ਰਿਤ ਵੇਲੇ ਦੇ ਵਕਤ ਸਿਰ ਇਹ ਸਾਰਾ ਕੁਝ ਵਾਪਰਿਆ, ਜਿਵੇਂ ਜਿਵੇਂ ਦਿਨ ਦਾ ਚੜ੍ਹਾਅ ਹੁੰਦਾ ਗਿਆ ਅੱਗ ਵਾਂਗ ਇਹ ਖਬਰਾਂ ਫੈਲ ਗਈਆਂ ਅਤੇ ਸਮੇਂ ਪੰਥ ਵਿੱਚ ਇੰਨਾ ਰੋਹ ਆਇਆ, ਜਥੇਦਾਰ ਵੀ ਫਿਰ ਇਕੱਠੇ ਹੋ ਗਏ ਅਤੇ ਇਸ ਸਮੇਂ ਹੁਕਮ ਦਿੱਤਾ ਸਾਰਿਆਂ ਨੂੰ ਕਿ ਜਿਹੜਾ ਵੀ ਭਾਈ ਕੋਈ ਗੋਲੀ ਨਾਲ ਡਿੱਗ ਜਾਵੇ
ਉਹਨੂੰ ਉਠਾਉਣਾ ਨਹੀਂ। ਵੱਧਦੇ ਹੋਏ ਹੁਣ ਸਿੱਧੇ ਨਨਕਾਣਾ ਸਾਹਿਬ ਨੂੰ ਚੱਲੋ, ਸ਼ਹਾਦਤਾਂ ਦੇ ਦਿਆਂਗੇ। ਫਿਰ ਇੰਨਿਆਂ ਨੂੰ ਮਾਰਨਾ ਸਾਧ ਸੰਗਤ ਜੀ, ਅੰਗਰੇਜ਼ ਹਕੂਮਤ ਵਾਸਤੇ ਡਾਢਾ ਔਖਾ ਸੀ। ਜਦੋਂ ਭਾਵੇਂ ਕਿ ਅੰਦਰ ਜੋ ਕੁਝ ਹੋਇਆ ਪਿਆ ਸੀ, ਅੰਗਰੇਜ਼ ਦਿਖਾਉਣਾ ਨਹੀਂ ਸੀ ਚਾਹੁੰਦਾ। ਜਿਵੇਂ ਅੱਜ ਵੀ ਜਿੱਥੇ ਹਕੂਮਤ ਚਾਹੇ ਤੇ ਉੱਥੋਂ ਕਹਿੰਦੇ ਆ ਇੰਟਰਨੈਟ ਦਾ ਜ਼ਮਾਨਾ, ਸਭ ਕੁਝ ਪਤਾ ਲੱਗ ਜਾਂਦਾ, ਸਭ ਕੁਝ ਬੰਦ ਕਰ ਦਿੰਦੇ। ਅੰਗਰੇਜ਼ ਨੇ ਉਸ ਸਮੇਂ ਸੀਲ ਕਰ ਦਿੱਤਾ ਸੀ ਸਭ ਕੁਝ, ਪਰ ਪੰਥ ਦਾ ਰੋਹ ਇੰਨਾ ਸੀ ਕਿ ਉਹਨਾਂ ਨੂੰ ਰੋਕ ਨਾ ਸਕੀਆਂ ਅੰਗਰੇਜ਼ ਦੀਆਂ ਬੰਦੂਕਾਂ। ਜਦੋਂ ਨਨਕਾਣਾ ਸਾਹਿਬ ਦੇ ਅੰਦਰ ਦਰਵਾਜ਼ਾ ਮੁੱਖ ਲੰਘ ਕੇ ਜਿਹੜਾ ਸੀ ਦੁਆਰ ਪੰਥ ਅੰਦਰ ਗਿਆ, ਤੇ ਸਾਧ ਸੰਗਤ ਜੀ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ। ਸਿੰਘਾਂ ਨੇ ਜਦੋਂ ਅੱਖਾਂ ਨਾਲ ਵੇਖਿਆ, ਕਿਤੇ ਮਾਸ ਦੇ ਲੋਥੜੇ ਪਏ ਹੈ। ਜਿਵੇਂ ਕੋਈ ਪੁੱਛਦੇ ਆ ਨਾ ਕਿ ਭਾਈ, ਕਹਿੰਦੇ ਹੋ ਤੁਸੀਂ ਭਾਈ ਤਾਰੂ ਸਿੰਘ ਸਾਹਿਬ ਨੇ ਖੋਪੜਾ ਲੁਹਾ ਲਿਆ ਹੱਸਦਿਆਂ ਹੋਇਆਂ, ਇਹ ਕਿਵੇਂ ਹੋ ਸਕਦਾ ਹੈ? ਸਾਧ ਸੰਗਤ ਜੀ, ਉਸ ਸਮੇਂ ਅੰਦਰ ਕਿੰਨੀਆਂ ਹੀ ਖੋਪੜੀਆਂ ਪਈਆਂ ਹੋਈਆਂ ਸੀ, ਕਿਤੇ ਲੱਤਾਂ ਦੀਆਂ ਹੱਡੀਆਂ ਪਈਆਂ, ਕਿਤੇ ਕੂਹਣੀਆਂ ਪਈਆਂ ਨੇ, ਕੋਹ ਕੋਹ ਕੇ ਜਿਵੇਂ ਸ਼ਹੀਦ ਕੀਤਾ ਸੀਗਾ, ਉਹ ਸਾਰੇ ਮਾਸ ਦੇ ਲੋਥੜੇ, ਸਾਰੀਆਂ ਬਾਹਾਂ ਖੋਪੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਸਜਾ ਕਰਕੇ ਸ਼ਹੀਦਾਂ ਦੇ ਪਾਵਨ ਦੇਹਾਂ ਦਾ ਅੰਤਮ ਸੰਸਕਾਰ ਕੀਤਾ। ਭਾਈ ਲਛਮਣ ਸਿੰਘ ਜੀ ਧਾਰੋਵਾਲੀ ਜੀ ਦਾ ਸੰਸਕਾਰ ਕੀਤਾ ਗਿਆ। ਸਾਧ ਸੰਗਤ ਜੀ, ਅਸਤਾਂ ਦੀ ਮਰਿਆਦਾ ਨਿਭਾਈ ਗਈ। ਉਹਨਾਂ ਸ਼ਹੀਦਾਂ ਨੇ ਆਪਣੀ ਸ਼ਹਾਦਤ ਦੇ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਜੋ ਜ਼ਾਲਮਾਂ ਨੇ ਪਾਪੀਆਂ ਨੇ ਕੁਕਰਮ ਕੀਤੇ ਸੀ, ਆਪਣੇ ਖੂਨ ਦੇ ਨਾਲ ਧੋ ਕੇ ਉੱਥੇ ਫਿਰ ਦੀਵਾਨ ਸਜਾਏ, ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ। ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਸਾਧ ਸੰਗਤ ਜੀ, ਨਨਕਾਣਾ ਸਾਹਿਬ ਦੇ ਅੰਦਰ ਸ਼ਤਾਬਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਕੌਮ ਨੂੰ ਬਲ ਬਖਸ਼ਿਸ਼ ਕਰਨ ਕਿ ਸ਼ਹੀਦਾਂ ਦੇ ਦਸਾਏ ਹੋਏ ਮਾਰਗ ਤੇ ਚੱਲਣ ਦੀ ਸੱਚੇ ਪਾਤਸ਼ਾਹ ਸਮਰੱਥਾ ਬਖਸ਼ਿਸ਼ ਕਰਨ। ਆਓ ਸਤਿਗੁਰਾਂ ਜੀ ਦੇ ਪਵਿੱਤਰ ਉਪਦੇਸ਼ ਦੀ, ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ। ਸਾਧ ਸੰਗਤ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਲੜੀਵਾਰ ਕਥਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਪਹਿਲੀ ਅਸ਼ਟਪਦੀ ਦੀਆਂ ਦੋ ਪੌੜੀਆਂ ਸੰਪੂਰਨ ਹੋਈਆਂ ਸੀ। ਕੱਲ੍ਹ ਦੇ ਦੀਵਾਨ ਦੇ ਅੰਦਰ ਹਜ਼ੂਰ ਸਿਮਰਨ ਦਾ ਫਲ ਦੱਸ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤਾਈਂ ਸਿੱਖਿਆ ਬਖਸ਼ਦੇ ਹੈ ਕਿ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਕੀ ਬਖਸ਼ਾਂ, ਕੀ ਫਲ ਪ੍ਰਾਪਤ ਹੁੰਦੇ ਹੈ। ਮਨੁੱਖ ਸਿਮਰਨ ਨੂੰ ਛੱਡ ਕਰਕੇ ਹੋਰ ਤਰ੍ਹਾਂ ਦੇ ਤਰੀਕੇ ਜਦੋਂ ਅਪਣਾਉਂਦਾ ਹੈ, ਬੜੀ ਉਸ ਨੂੰ ਜਦੋਜਹਿਦ ਕਰਨੀ ਪੈਂਦੀ, ਬੜੇ ਕਸ਼ਟ ਉਠਾਉਣੇ ਪੈਂਦੇ ਹੈ, ਪਰ ਉਹਦਾ ਫਲ ਉਹਨੂੰ ਕੁਛ ਵੀ ਨਹੀਂ ਪ੍ਰਾਪਤ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜਿਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ, ਜਿਨ੍ਹਾਂ ਪਦਾਰਥਾਂ ਦੇ ਪਿੱਛੇ ਦੌੜਦਿਆ ਹੋਇਆ ਤੂੰ ਬੜੇ ਕਸ਼ਟ ਉਠਾਉਣਾ ਹੈ, ਵਾਹਿਗੁਰੂ ਦੇ ਸਿਮਰਨ ਕਰਨ ਨਾਲ ਇਹ ਸਾਰਾ ਕੁਝ ਸਹਿਜ ਨਾਲ ਹੀ ਪ੍ਰਾਪਤ ਹੋ ਜਾਂਦਾ, ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦਾ। ਹਜ਼ੂਰ ਫਰਮਾਉਂਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸੱਚੇ ਪਾਤਸ਼ਾਹ ਕਹਿੰਦੇ ਨੇ, ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਇਹ ਪ੍ਰਾਪਤ ਹੋ ਜਾਂਦੀਆਂ ਨੇ। ਸਤ ਸੰਗਤ ਜੀ, ਕੋਈ ਛਿਲੇ ਕੱਢਦਾ ਇਹਨਾਂ ਦੀ ਪ੍ਰਾਪਤੀ ਵਾਸਤੇ, ਕੋਈ ਧੂਣੀਆਂ ਤਾਕ ਕੇ ਤਪ ਕਰਦਾ ਹੈ, ਕੋਈ ਪੁੱਠਾ ਲਟਕਦਾ ਹੈ, ਕੋਈ ਕੁਝ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਜੇ ਵਾਹਿਗੁਰੂ ਦਾ ਸਿਮਰਨ ਮਨ ਨੂੰ ਟਿਕਾ ਕਰਕੇ ਕਰੋਗੇ ਤੇ ਰਿੱਧੀ ਪ੍ਰਾਪਤ ਹੋ ਜਾਵੇਗੀ।
ਰਿੱਧੀ ਕਹਿੰਦੇ ਆ ਅੰਨ ਦੀ ਅਤੋਟਤਾ ਨੂੰ। ਜਿਹਦੇ ਕੋਲ ਰਿੱਧੀ ਹੁੰਦੀ ਹੈ ਨਾ, ਥੋੜਾ ਜਿਹਾ ਸਾਧ ਸੰਗਤ ਜੀ ਪ੍ਰਸ਼ਾਦਾ ਤੇ ਕੋਈ ਵੀ ਦਾਲ ਸਬਜ਼ੀ ਜਿੰਨਾ ਮਰਜ਼ੀ ਥੋੜਾ ਜਿਹਾ ਹੀ ਹੋਵੇ ਤੇ ਰਿੱਧੀ ਦੀ ਸ਼ਕਤੀ ਨਾਲ ਭਾਵੇਂ ਸਾਰੀ ਦੁਨੀਆਂ ਨੂੰ ਛਕਾ ਦੇਵੇ ਉਹ ਤਾਂ ਵੀ ਨਹੀਂ ਮੁੱਕਦਾ। ਭਾਈ ਰੂਪਾ ਜੀ ਦਾ ਜ਼ਿਕਰ ਆਉਂਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਜਦੋਂ ਕਾਬਲ ਦਾ ਹਾਕਮ ਲਲਾ ਬੇਗ ਹਮਲਾਵਰ ਹੋ ਕਰਕੇ ਆਇਆ ਸੀ ਤੇ ਉਸ ਵਕਤ ਦਾ ਇਹ ਬਚਨ ਹੈ ਕਿ 300 ਸਿਪਾਹੀਆਂ ਦਾ ਦਸਤਾ ਭਾਈ ਰੂਪਾ ਦੇ ਵਿੱਚ ਦੀ ਜਦੋਂ ਲੰਘ ਰਿਹਾ ਸੀਗਾ ਤੇ ਇਹ ਭਾਈ ਰੂਪ ਚੰਦ ਜੀ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੈ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਗੁਰੂ ਸਾਹਿਬ ਤੋਂ ਦਾਤ ਮਿਲੀ ਹੈ ਤੇ ਸਿਮਰਨ ਦੀ ਬਰਕਤ ਨਾਲ ਇਹਨਾਂ ਕੋਲ ਰਿੱਧੀ ਦੀ ਸ਼ਕਤੀ ਹੈ। ਉਹ ਜਿਹੜੇ ਸਿਪਾਹੀ ਸੀ ਨਾ, ਜਦੋਂ 300 ਦਾ ਦਸਤਾ ਉੱਥੇ ਨਿਕਲਿਆ ਤੇ ਬਾਹਰ ਲੰਗਰ ਵਾਸਤੇ ਕਾਮੇ ਲੱਕੜਾਂ ਕੱਟਦੇ ਸੀ, ਉਹਨਾਂ ਲਈ ਭਾਈ ਰੂਪਚੰਦ ਜੀ ਦਾਲ ਪਾਈ ਹੋਈ ਹੈ ਵੱਡੇ ਬਰਤਨ ਦੇ ਅੰਦਰ ਤੇ ਪ੍ਰਸ਼ਾਦਿਆਂ ਦੀ ਇੱਕ ਗੰਢ ਉਹ ਸਿਰ ਤੇ ਚੱਕੀ ਹੋਈ ਹੈ ਤੇ ਤੁਰੇ ਜਾ ਰਹੇ ਹੈ ਉਹਨਾਂ ਕਾਮਿਆਂ ਵਾਸਤੇ ਭੋਜਨ ਲੈ ਕੇ, ਪ੍ਰਸ਼ਾਦਾ ਲੈ ਕੇ। ਜਦੋਂ ਰਾਹ ਵਿੱਚ ਇਹ ਸਿਪਾਹੀ ਮਿਲ ਗਏ, ਫੌਜ ਦਾ ਦਸਤਾ ਮਿਲ ਗਿਆ, ਇਹ ਲਾਹੌਰੋਂ ਤੁਰੇ ਸੀ, ਭੁੱਖਣ ਭਾਣੇ ਤੁਰ ਪਏ ਤੇ ਜਦੋਂ ਕਾਬਲ ਤੋਂ ਵੱਡਾ ਪੈਂਡਾ ਕਰਦੇ ਆਏ ਤੇ ਭੁੱਖ ਇਹਨਾਂ ਨੂੰ ਬਾਹਲੀ ਡਾਢੀ ਲੱਗੀ ਹੋਈ ਸੀ। ਇਸ ਸਮੇਂ ਨਾ ਜਿਹੜਾ ਉਹਨਾਂ ਦਾ ਮੁਖੀਆ ਸੀ ਸੈਨਾਪਤੀ 300 ਦੇ ਦਸਤੇ ਦਾ, ਉਹਨੂੰ ਹੁਕਮ ਕੀਤਾ, ਕਹਿੰਦਾ ਖੋਲੋ ਆ ਪ੍ਰਸ਼ਾਦੇ ਤੇ ਦਾਲਾ ਇਹਦੇ ਕੋਲ ਜੋ ਹੈ। ਉਹ ਜਦੋਂ ਖੋਣ ਲੱਗੇ, ਭਾਈ ਰੂਪਚੰਦ ਜੀ ਕਹਿੰਦੇ ਭਾਈ ਜੇ ਇਉਂ ਖੋ ਕੇ ਤੁਸੀਂ ਖਾਓਗੇ ਤੇ ਸਾਰੇ 300 ਦੇ 300 ਰੱਜ ਨਹੀਂ ਸਕੋਗੇ, ਤੇ ਜੇ ਤੁਸੀਂ ਪ੍ਰਸ਼ਾਦਾ ਹੀ ਛਕਣਾ ਤੇ ਪੰਗਤ ਲਾ ਕੇ ਬਹਿ ਜਾਓ, ਮੈਂ ਵਰਤਾ ਦਿੰਦਾ। ਵੇਖੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਰੀਤ, ਭਾਵੇਂ ਕਿ ਪਤਾ ਵੈ ਕਿ ਗੁਰੂ ਸਾਹਿਬ ਦੇ ਉੱਤੇ ਹਮਲਾਵਰ ਹੋ ਕੇ ਆਏ ਹੈ, ਪਰ ਭੋਜਨ ਤੋਂ ਨਹੀਂ ਮਹਾਰਾਜ ਨੇ ਕਿਹਾ ਕਿਸੇ ਨੂੰ ਮਨਾ ਕਰਨਾ। ਜਦੋਂ ਗੁਰੂ ਸਾਹਿਬ ਨੇ ਇਹ ਯੁੱਧ ਵੀ ਫਤਿਹ ਕੀਤਾ ਤੇ ਜਿਹੜੇ ਬਚ ਗਏ ਸੀ ਉਹਨਾਂ ਨੇ ਵੀ ਲੰਗਰ ਸ਼ਾਮ ਨੂੰ ਗੁਰੂ ਕੇ ਲੰਗਰ ਚੋਂ ਹੀ ਛਕਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਦਿੱਤੀ ਹੋਈ ਬਰਕਤ, ਇਹ ਸਾਰੀਆਂ ਸ਼ਕਤੀਆਂ ਗੁਰਸਿੱਖਾਂ ਵਿੱਚ ਨਾਮ ਦੇ ਸਿਮਰਨ ਕਰਕੇ ਆ ਜਾਂਦੀਆਂ ਤੇ ਉਹ ਪੰਗਤ ਲਾ ਕੇ ਬਹਿ ਗਏ। ਭਾਈ ਰੂਪਚੰਦ ਜੀ ਦੋ ਦੋ ਪ੍ਰਸ਼ਾਦੇ ਸਾਰਿਆਂ ਨੂੰ ਦੇਈ ਗਏ, ਨਾਲ ਨਾਲ ਉੱਤੇ ਦਾਲਾਂ ਪਾਈ ਗਏ, ਸਾਰੇ 300 ਦੇ 300 ਰਜਾ ਤੇ। ਤੇ ਫਿਰ ਉਹ ਦਾਲ ਪ੍ਰਸ਼ਾਦਾ ਜਿਹਦੇ ਬਾਹਰ ਕਾਮੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਜਾ ਕੇ ਛਕਾਤਾ। ਉਸ ਬਰਤਨ ਵਿੱਚੋਂ ਦਾਲ ਨਹੀਂ ਮੁੱਕੀ, ਉਸ ਗੰਢ ਵਿੱਚੋਂ ਪ੍ਰਸ਼ਾਦੇ ਨਹੀਂ ਮੁੱਕੇ। ਇਹ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਹੈ ਸਾਧ ਸੰਗਤ ਜੀ। ਸਾਧੂਆਂ ਕੋਲ ਸੁਤੇ ਆ ਜਾਂਦੀ ਹੈ, ਨਾਮ ਦੇ ਅਭਿਆਸੀਆਂ ਕੋਲ ਇਹ ਦਾਤਾਂ ਸੁਤੇ ਆ ਜਾਂਦੀਆਂ ਹਨ ਤੇ ਸਿੱਧੀਆਂ ਹੁੰਦੀਆਂ ਨੇ। ਅਣਮਾ ਮਹਿਮਾ ਗਰਮਾ ਇਹ ਲਗਮਾ ਪਹਾੜ ਵੱਡੇ ਵੱਡੇ ਬਣ ਜਾਣਾ, ਅਣੂ ਵਰਗੇ ਛੋਟੇ ਜੇ ਬਣ ਜਾਣਾ, ਸੂਖਸ਼ਮ ਅੱਖਾਂ ਨਾਲ ਦਿਖਾਈ ਵੀ ਨਾ ਦੇਣਾ ਤੇ ਸਰੀਰ ਦਾ ਭਾਰ ਹੀ ਨਾ ਜਿਹੜਾ ਉਹ ਰਹਿਣ ਦੇਣਾ, ਹੌਲੇ ਜੇ ਬਣ ਜਾਣਾ, ਛਿਣ ਮਾਤਰ ਸਮੇਂ ਵਿੱਚ ਸਾਰੀ ਸ੍ਰਿਸ਼ਟੀ ਦਾ ਚੱਕਰ ਲਾ ਆਉਣਾ, ਕਿਸੇ ਦੇ ਦਿਲ ਦੀ ਗੱਲ ਨੂੰ ਬੁੱਝ ਲੈਣਾ, ਦੂਰ ਹੁੰਦੀ ਕਿਸੇ ਦੀ ਗੱਲ ਜਿਹੜੀ ਆ ਉਹ ਸੁਣ ਲੈਣੀ, ਇਹ ਸਾਰੀਆਂ ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ। ਉਹ ਚਾਹੇ ਤੇ ਆਕਾਸ਼ ਵਿੱਚ ਜਿਵੇਂ ਸਿੱਧ ਉੱਡ ਲੈਂਦੇ ਸੀ ਨਾ, ਉਹ ਸਿੱਧੀਆਂ ਦੇ ਬਲ ਕਰਕੇ ਹੀ ਉੱਡਦੇ ਸੀਗੇ। ਹੌਲੇ ਭਾਰੇ ਹੋ ਜਾਣਾ, ਚੱਕਰ ਲਾ ਆਉਣਾ ਸਾਰੇ ਸੰਸਾਰ ਦਾ ਛਿਣ ਮਾਤਰ ਸਮੇਂ ਦੇ ਅੰਦਰ, ਇਹ ਸਾਰਾ ਕੁਝ ਸਿੱਧੀਆਂ ਦੇ ਬਲ ਨਾਲ ਸਿੱਧ ਕਰਦੇ ਸੀ, ਪਰ ਵਾਹਿਗੁਰੂ ਦੇ ਸਿਮਰਨ ਵਿੱਚ ਇੰਨੀ ਮਹਾਰਾਜ ਕਹਿੰਦੇ ਤਾਕਤ ਵੈ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਤੇ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਅਸਨ ਬਸਨ ਭੂ ਕਣਕ ਪੁੰਨ, ਦਾਸੀ ਚੌਤ ਚੌਪ ਗੁਲਾਮ, ਰਥਵਾਹੇ ਹੰਡਵਾਹੇ ਜਾਨੀਐ, ਯੇ ਨੌ ਨਿਧ ਕੇ ਨਾਮ। ਇਹ ਵਾਲੀਆਂ ਨੌ ਨਿਧੀਆਂ ਵੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਇਹ ਭਾਈ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਜਿਹੜਾ ਗਿਆਨ ਹੁੰਦਾ ਹੈ ਨਾ, ਉਹ ਅਨੁਭਵੀ ਗਿਆਨ ਹੋ ਜਾਂਦਾ ਹੈ। ਫਿਰ ਜਿਹੜਾ ਕਬੀਰ ਸਾਹਿਬ ਨੂੰ ਹੋ ਗਿਆ ਸੀਗਾ, ਇਹ ਸਾਧ ਸੰਗਤ ਜੀ ਫਿਰ ਸੰਸਾਰ ਦਾ ਗਿਆਨ ਜਿਨ ਪੜ੍ਹ ਕੇ ਹਾਸਲ ਕੀਤਾ ਨਾ,
वो उस दी बराबरी नहीं कर सकता जिन्हों वाहिगुरु दे सिमरन दे नाल चक्षु खुले अंदर जिन्हों ज्ञान हो गया है उदा कोई बराबरता जड़ी है बारों पढ़े हुए विद्या दे नाल नहीं कीती जा सकती क्योंकि महाराज कहिंदे आ वाहिगुरु दे सिमरन करन दे नाल ज्ञान हो जांदा है प्रकाश हो जांदा है फिर साध संगत जी ध्यान टिक जांदा है ध्यान नूं टिकाउण वास्ते बड़े बड़े लोग यतन करदे है ऋषि मुनि बड़े यतन करदे है पर वाहिगुरु दे सिमरन दे नाल ध्यान वी जिहड़ा ना वह एकाग्र हो जांदा है ध्यान जिहड़ा वह टिक जांदा है ते तत् बुद्ध जिहड़ा बुद्धि अकल वै ना ये सारी अकल का तत् निचोड़ ही प्राप्त हो जांदा है प्रभु दे सिमरन करन नाल इसे प्रकार ही प्रभ कै सिमरन ज्ञान ध्यान तत् बुद्ध वाहिगुरु दा सिमरन करन दे नाल सच्चे पातशाह जी कहिंदे ऐ निर्गुण स्वरूप दा ज्ञान हो जांदा है सरगुण स्वरूप विच ध्यान लग जांदा है ते जिहड़ा तत् स्वरूप दा बुद्ध जिहड़ा ना ज्ञान वह प्राप्त हो जांदा है अथवा बुद्धि विच अकल विच तत् स्वरूप दा जिहड़ा है ना वह सोझी हो आउंदी है सुरत जाग पैंदी है जान लैंदी है सुरत के तत् की है संसार दे अंदर सिद्धांत रूप परमेश्वर नूं बुद्धि निश्चय कर लैंदी है प्रभ कै सिमरन जप तप पूजा फिर साध संगत जी जिहड़ा जप वै इह भी तीन प्रकार दा हुंदा है राजसी तामसी सांत की तप भी तीन प्रकार दा हुंदा है राजसी ते जिहड़ा है तामसी ते सातकी ये तप भी मन्निया जांदा है फिर पूजा जिहड़ी है खोड़स प्रकार दी मन्नी जांदी है सोलह प्रकार दी पूजा है इन्हां नूं करन लग्यां जीव नूं किन्ने कष्ट उठाउणे पैंदे है कई प्रकार दे जफर जालने पैंदे है पूजा करन लई भी चीजां इकट्ठियां करनियां पैंदियां ने फिर माला लियावे होर समग्री इकट्ठी करे फिर आरती आदिक उतारनी ये सारे पूजा दे अंग हन परिक्रमा करनिया ये सारे पूजा दे अंग ने सोलह प्रकार की पूजा मनी जाती है सच्चे पातशाह जी कहिंदे ने प्रभ कै सिमरन जप तप पूजा जिन वाहिगुरु का सिमरन कर लिया ना उन्हें सारे ही जप कर ले किसी होर मंत्र दे जपण की उन्हें लोड़ नहीं रह जाती जिन वाहिगुरु मंत्र का जाप कर लिया फिर उन्हूं होर किसे धूणियां ता करके जां जल धारे करन आदिक दे तप दी लोड़ नहीं रह जांदी उन्हूं सारे तप करन दा फल प्राप्त हो जांदा जिन वाहिगुरु मंत्र जप लिया ते पूजा महाराज ने दस्या ही है ना पूजा कीचै नाम ते आई है बिन नावै पूज ना होए नाम तो बिना पूजा हो नहीं सकती सच्चे पातशाह कहिंदे भाई जिन्हें नाम जप लिया ना उन्हें सोलह प्रकार की पूजा भी कर ली सारे जप कर ले सारे तप कर ले प्रभु दे सिमरन दे नाल ए सारे ही जप तप ते पूजा दे फल प्राप्त हो जांदे आ प्रभु कै सिमरन बिनसै दूजा प्रभु दे सिमरन करन नाल सच्चे पातशाह कहिंदे अंदरों दूजा भाव बिनस जांदा है द्वैत नहीं रहिंदी दूजे वल वेख करके वैर भावना नहीं फुरदी ईरखा भाव नहीं अंदर रहिंदा सतगुरु जी कहिंदे सब दे प्रति मैत्री भाव बन जांदा है अंदर प्यार प्रगट हो आउंदा है सारा अपना आपा ही भासण लग पैंदा है सतगुरु कहिंदे ने द्वैत जिहड़ी अंदरों बिनस जांदी है नाश हो जांदी है प्रभ कै सिमरन तीर्थ इशनानी फिर वाहिगुरु दा सिमरन करन नाल सारे तीर्थां ते इशनान दा फल मिल जांदा है जिवें पुरूर्व राजा सी ना उन्हूं किसे ने आख्या ऋषि ने आके संकल्प पाता उहदे अंदर कि राजा तीर्थां ते इशनान करना चाहीदा है ते राजा ते समय तैयार होण लगा कि भई असीं वी तीर्थां ते इशनान कर आईए ते जदों सिमरन विच जुड़िया सी निरंकार वल्लों ते समय आवाज होई पुरूर्व तू नाम जपदा तैनू तीर्थां ते जाण दी लोड़ नहीं तीर्थ तैनू आके परसणगे अठाठ तीर्थां ने रूप धार के पुरूर्व राजे नूं दर्शन दिता सी जदों हजूर गुरु तेग बहादुर साहब दे सत्कार योग माता नानकी जी ने बेनती की सच्चे पातशाह साडा चित करदा असी गंगा इशनान कर आईए
बड़ा महात्म है। सतगुरु जी कहन लगे, माता जी आम जिया की तरह जे तुसी भी गंगा ते शनान करन गए ते की फर्क वै, तुसी तां गुरु नानक साहब दे घर दी सिख्या नू कमाया, सिमरन कीता है। सिमरन ही सब तीर्थां दा शनान है, गंगा आप ही तुहानू परसन लई इत्थे आवेगी। सतगुरां जी ने धरती पुट के गंगा प्रगट कर दित्ती सी, माता जी ने शनान कीता, संकल्प मेट दिता सी सच्चे पातशाह जी ने। इस करके महाराज कहा तीर्थ नावण जाओ, तीर्थ नाम है। प्रभु दा सिमरन जिन कर लिया ना, उन्हें सारे तीर्थां दा इशनान कर लिया। प्रभ कै सिमरन दरगह मानी। प्रभु दा सिमरन करन वाला जेड़ा है, हजूर कहिंदे उहदा दरगाह दे अंदर मानी मान हुंदा है, सत्कार हुंदा है, उहदे नां दे डंके वजदे है। धर्मराजा भी उह कहिंदा है कि महाराज तुसी तां मेरी धर्मपुरी नूं पवित्र कर दित्ता। धर्म महाराज सच्चे पातशाह जी कहिंदे ने, नानक धर्म ऐसे चवह कीतो भवन पुनीत। ओह धर्म राजा भी कहिंदा महाराज मेरा तां भवन ही, मेरा महल ही तुसां पवित्र कर दिता है। इस प्रकार जिहड़े वाहिगुरु का सिमरन करदे है, नाम जपदे है, दरगाह दे अंदर उन्हां दा माण सत्कार हुंदा है। प्रभ का सिमरन होए सो भला। वाहिगुरु जी का सिमरन करन नाल सतगुरु जी कहिंदे भाई जिहड़ा भी कार्ज हुंदा है ना हथों, वह भलाई कार्ज हुंदा है। जिहड़ा सिमरन करदा है उहदे हथों बुरा होणों हट जांदा है। उहदे नेत्र नहीं बुरा वेखदे, उहदे कन्न नहीं बुरा सुणदे, उहदे हथों भी बुरा होणों हट जांदा है। प्रभ कै सिमरन होए सो भला, उह भाणे विच आ जांदा है। प्रभु दा सिमरन करन वाला, प्रभु दे सिमरन दी बरकत है कि जो कुछ वाहिगुरु दे हुकम विच हो रहा है ना, वह कहिंदा भला हो रहा है, चंगा हो रहा है, भाणे विच आ जांदा है मन वाहिगुरु दा सिमरन करन दे नाल। ते सिमरन करन वालियां दे हथों भी जो कुछ हुंदा है भला हुंदा है। प्रभ कै सिमरन सुफल फला। प्रभु दा सिमरन करन नाल महाराज कहिंदे ने जिहड़ा सुफल भाव श्रेष्ठ फल, केड़ा ज्ञान फल, वह अंदर फल आउंदा है, वह प्राप्त हो जांदा है। ये साध संगत जी मनुख दा लक्ष्य हुंदा है जिंदगी दा। जदों लोक जिहड़े है इस गल दा ज्ञान पाउंदे है कि मनुखा जन्म सिमरन तो बिना निष्फल वै, आपो अपनी सिक्ख्या दे मुताबक हर कोई प्रभु नूं मिलन दा यतन करदा है, पर महाराज कहिंदे जिहड़ा श्रेष्ठ फल वै ना देह दी कल्याण दा, ज्ञान फल जिहड़ा है वह सतगुरु जी कहिंदे वाहिगुरु दा सिमरन करन नाल गुरसिखो प्राप्त हो जांदा है, वह अंदर फल आउंदा है, भाव प्राप्त हो जांदा है। सिमरह जिन आप सिमराए। ओही वाहिगुरु दे नाम नूं सिमरदे है जिन्हां नूं मेरा वाहिगुरु आप सिमराउंदा है, ओही चेते करदे है। सिमरन विच उन्हां दी सुरत लगदी है जिन्हां दी सुरत मेरा वाहिगुरु आप ला दिंदा है नाम दे अंदर। नानक ताकै लागौ पाए। सच्चे पातशाह कहिंदे असीं उन्हां दे चरनी लगदे हां। गरीब नवाज सतगुरु सानूं इउं सिख्या दिंदे है कि जिहड़े भाई नाम जपदे आ ना गुरसिख, उन्हां दे चरनी लग जाणा चाहीदा है, क्योंकि नाम रसियां तों ही इह किरपा नाम दे प्यार दी प्राप्त हो जांदी है। इस करके सतगुरु जी सानू सिखिया दरड़ाउंदे आ, नानक ताकै लागौ पाए। महाराज कहिंदे असीं भाई उन्हां दे चरनी लगदे हां जिहड़े वाहिगुरु जी दे नाम विच जुड़ गए है, जिन्हां नूं मेरे वाहिगुरु जी आप नाम सिमरा रहे आ, भाव चेते कराउंदे आ। प्रभ का सिमरन सब ते ऊंचा। वाहिगुरु दा सिमरन जिहड़ा ना सतगुरु जी कहिंदे सारे साधना तों उच्चा है, बाकी सारे ही साधन जिहड़े आ ओह थले रह जांदे आ। भाई साहब भाई गुरदास साहब जी ने कहा है जैसे 68 तीर्थ परस कियो जुग चार चढ़ियो कैलाश रहियो, जैसे लाख बार कुरुक्षेत्र में असमेध जग अभंग ठयो, जैसे कोट बरख लक तरप तप उर्द मुखी, बैसंतर में तन दाहे दयो फुन अमृत नाम विशेष इति जिन एक बार श्री वाहिगुरु कहो। प्रभ का सिमरन सब ते ऊंचा। वाहिगुरु का सिमरन करना एडा पवित्र साधन है, सब तो उच्चा साधन है।
सचे पातशाह जी महाराज दे पवित्र नाम दी महिमा भाई गुरदास साहब जी ने करदिया होया ये शब्द कहे है, जैसे 68 तीर्थ परस कियो, कहिंदे जिवें किसी ने 68 तीर्थां ते जा जा करके यात्रा कीती है, परसना कीती है ते तीर्थां ते नौना कीता है, जुग चार चढ़े हो कैलाश रहे हो, कैलाश पर्वत दे उत्ते समाधि लाई है, चार युग तक ताड़ी ला छड़ी है, फिर लाख बरख कुरुक्षेत्र में लखां वार कुरुक्षेत्र दे अंदर जड़ी पवित्र धरती मन्नी है, जिथे सूरज ग्रहण नू सारे ए दर्शन दीदार कर दे जा करके, हजूर ने उथे भी चरण पा करके शुभ सिक्ख्या नाम दे जपण दी दित्ती, महाराज दे पवित्र गुरु नानक साहब जी दे स्थान कायम ने, धन गुरु गोबिंद सिंह सचे पातशाह दा पवित्र स्थान कायम है, ते साध संगत जी उथे एक नहीं दो नहीं, भाई गुरदास साहब जी कहिंदे ने कि लखां ही वार जिहड़ा है ना असमेध जग अभंग ठयो, एक रस असमेध जग करदा होवे, जिवें पांडवां ने बड़े जग कीते सीगे, इन्ने इन्ने जग कर लवे फिर वह भी कुरुक्षेत्र की धरती ते कर लवे, जैसे कोट बरख तप उर्दमुखी, एक नहीं दो नहीं करोड़ा बरख करोड़ा साल उर्दमुखी पुठा लटक करके, बैसंतर मैं तन दाहे दयो अग दे विच अपने शरीर नू साड़ देवे, तामी ओडा वड्डा फल नहीं, भाई गुरदास साहब ने कहा फुन अमृत नाम विशेष इति जिन एक बार श्री वाहेगुरु कहे, एक बार वाहेगुरु कहण दा एडा वड्डा फल वै कि सारे तीर्थ साधन ते सारे यग साधन ते साध संगत जी तप साधन पुठे लटकना अग विच सड़ मरना ए बराबर ता नहीं कर सकते जिन्ना फल एक बारी श्री वाहेगुरु कहण दा है। इस करके महाराज ने कहा प्रभ का सिमरन सब ते ऊंचा, वाहेगुरु का सिमरन साधन जेड़ा ना ये सब तो ऊंचा साधन है। हुण जे कोई सतगुरु जी दे सिख पंथ विच जन्म लै करके ते साध संगत जी भुलिया भटकिया जेड़ा ना होर साधन करे ते नाम जपे ना ते फिर महाराज सचे पातशाह जी दी सिख्या तो भटकिया होया वाहिगुरु जी दी खुशी नहीं प्राप्त कर सकता। सतगुरु गरीब नवाज कहिंदे है प्रभ का सिमरन सब ते ऊंचा, सारे साधना तो ऊंचा साधन है वाहिगुरु दा सिमरन करना, उन जानो सारे तीर्थ नहा ले सारे जग कर ले सारे तप कर ले ते अग च सड़के मरन दी की लोड़ है उन्नू जिन वाहिगुरु दा नाम जप लिया। महाराज ने कहा कई कोटक जग फला सुन गावन हारे राम, जिहड़े वाहिगुरु दे नाम दे अभ्यासी है ना, श्री गुरु अर्जन साहब जी महाराज ने कहा उन्हां नू एक नहीं दो नहीं, क्योंकि गुरसिखां ने पुछिया सी महाराज ये जिहड़ा राजे लोग जग करदे है महाराज सानू इहदा फल किवें प्राप्त हो सकदा है, सच्चे पातशाह असी तां आर्थिक तौर ते एडा वड्डा जग कर ही नहीं सकदे, क्योंकि किन्नियां नू जिथे प्रशादा छकाउणा सोना चांदी आदिक दान करना होर बड़ी समगरी जिदे विच यग दी संपूर्णता होम आदिक जिहड़ा उह करना हवन बनाउणे ये सारा महाराज साथों किवें हो सकदा है ते की सानू इहदे जग दा पुन फल नहीं मिल सकदा। सतगुरु जी ने कहा सिखो तुसी एक जग दे पुन फल दी गल करदे हो, कई कोटक जग फला कई करोड़ां ही जगां दे फल करन दा लाभ मिल जावेगा उहदा महत्व मिल जावेगा, जे गुरु नानक साहब दा दिता होया गुरमंत्र कन्ना नाल सुनोगे ते रसना तो गावोगे, सुन गावन हारे राम ये सच्चे पातशाह जी ने नाम दा दसिया फल के भाई सब तो उच्चा फल प्राप्त हुंदा है, ब्रह्म ज्ञान दा फल प्राप्त हुंदा है, वाहिगुरु दा सिमरन सारे साधना तो उच्चा साधन है। प्रभ का सिमरन उधरे मूचा ते प्रभु दा सिमरन करन नाल महाराज कहिंदे भाई मूचा बहुत सारे जिहड़े आ ना ओ उधर गए है हुण उधर रहे है आउण वाले समें च उधर जाणगे, मूचा छुट जाईदा है उधर जाईदा वाहिगुरु दा सिमरन करन नाल। प्रभ का सिमरन तृष्णा बुझै जिन्नी भी अंदर तृष्णा है ना महाराज कहिंदे सारी शांत हो जांदी, जिवें बलदी अग ते पाणी पा दईए ना ते अग बुझ जांदी है, जिहड़ी अंदर तृष्णा डायण वांगू जिहड़ी है साध संगत जी मूंह अड्डी रखदी है ते कदे शांत नहीं हुंदी तृष्णा, वाहिगुरु मंत्र दा सिमरन करन लग जाइए
ये महाराज साहब जी जिथे फल दसदे है, सत संगत जी जिंदगी एक वहन है, नौका दी तरह चलदी है। सतगुरु जी दी इस पवित्र बाणी दी कथा आई है ते भाई हुण सुन करके आपा जिन्ना चिर सुखमनी साहब दे बाणी दी कथा चलनी है उन्ने दिन ही निजम बनाईए कि अद्धा घंटा जां एक घंटा वाहिगुरु मंत्र असी जरूर जपना रोज, ते उन्ने दिन दा निजम ही बना लईए। ते जदों ए नहीं हुंदा कि फिर जी तुसी दस रहे हो कि उन्ने दिन ही जपना चाहीदा, नहीं साध संगत जी जे इन्ने दिन भी जपांगे ना तो फिर मन नू पता लग जाना कि इन्ने दिन जपण दा एडा सुख वै ते मना सारी जिंदगी जप लै, मना जिन्ने साह मिले है क्यों व्यर्थ गवाने है। सिमरन दा फल ता ही पता लगेगा ना जे आपां सिमरन नू साध संगत जी करांगे अपने मुख तो, ते कथा दे विच ता ही समझ पैंदी है ना जे सतसंगत विच बह के सुणांगे एकागर चित हो करके कथा नू, जे कथा विच सुनिया है हुण ते फिर जिन्ना चिर सुखमनी साहब दी कथा चलदी है रोज आईए गुरु जी दे तख्त अस्थान ते नाले कथा विच हाजरी भरीए, नाले अमृत वेले उठ के जिथे नितनेम करना एक घंटा वाहिगुरु मंत्र दा सिमरन करके रोज आईए। ते नहीं कि कदे आ गए कदे ना आ गए, कदे सुन ली कथा कदे ना सुन ली, थोड़ा चिर आपां निजम बना के वेखीए। विशेष बाणी दी कथा चल रही है, रोज दा नितनेम गुरसिख करदे है, ते जिस बाणी दा आपां नितनेम करदे आ वो बाणी उपदेश रूप विच सानू कहिंदी की है ये तां सुनीए, ते फिर उन्ने दिन ही सिखिया कमा लईए जिन्ने दिन कथा सुननी है। इस करके सच्चे पातशाह जी महाराज दा जदों आपां हुक्म मन्नांगे ना ते फिर जिंदगी विच बदलाव आएगा, जिंदगी विच दुख नाश होणगे, सुखां दा प्रकाश होवेगा। हजूर कहिंदे आ प्रभु दा सिमरन करन नाल तृष्णा बुझ जांदी है, तृष्णा करके जीव चिंतित रहिंदा है, फिक्रमंद रहिंदा है, पछताउंदा रहिंदा है, ते जदों ए बुझ गई तो पछतावा भी लथ जाणा है, फिक्र भी सारे खत्म हो जाणे है। सच्चे पातशाह जी कहिंदे प्रभु दा सिमरन ऐसा है कि जिहड़ा तेरे अंदर तृष्णा नूं नाश कर देवेगा। इस करके वाहिगुरु दा सिमरन कर, सिमरन करन दे नाल तेरी तृष्णा बुझ जावेगी। प्रभ कै सिमरन सब किश सुझै, प्रभु दा सिमरन करन नाल महाराज कहिंदे सारी सोझी हो जांदी, ज्ञात हो जांदी है सारे थावां ते की वरत रहा है, रब दे प्यारियां नूं पता लग जांदा। अजकल दा मनुख खबरां सुन सुन के कहिंदा है कि इंटरनेट है, सारा वर्ल्ड मुठ्ठी विच है, पिठ पिछे पता नहीं हुंदा की पिया, कंध दे उल्ले उन्हूं पता ही नहीं की हो रहा है, ते माण करी जांदे है कि अज असीं सारी दुनिया की खबर रख दे। रब दे प्यारियां नूं तां इन्नी सोझी हुंदी है, उन्हां नूं इह पता है ब्रह्मपुरी च की हुंदा है, स्वर्गपुरी च की हो रहा है, शिव लोक च की हो रहा है, सब कुछ सुझा, सारा कुछ ही उन्हां नूं सोझ आउंदा है। शरीर दे भेद सुझ आउंदे है, जुगतियां सुझ आउंदियां हन, सारे ढंग तरीके महाराज कहिंदे उन्हां नूं पता लग जांदे है। इह वाहिगुरु दे सिमरन करन नाल सारा कुछ पता लग जांदा है। प्रभ कै सिमरन नाही जम त्रासा, जम दा जिहड़ा डर है ना मौत दा, भै मरबे को बिसरत नाही तिह चिंता तन जारा, ਉਹ ਵੀ ਮਹਾਰਾਜ ਕਹਿੰਦੇ ਜੰਮ ਦਾ ਤਰਾਸ ਡਰ ਵੀ ਜਿਹੜਾ ਪ੍ਰਭੂ ਦਾ ਸਿਮਰਨ ਕਰਨ ਨਾਲ ਨਾਸ ਹੋ ਜਾਂਦਾ ਏ। ਪ੍ਰਭ ਕੈ ਸਿਮਰਨ ਪੂਰਨ ਆਸਾ, ਜਿੰਨੀਆਂ ਆਸਾਂ ਦੀਰਘ ਕਾਲ ਤੱਕ ਜਿਹੜੀ ਇੱਛਾ ਲੱਗੀ ਰਹਿਣੀ ਉਹਨੂੰ ਕਹਿੰਦੇ ਆਸਾ, ਇਉਂ ਕਰਾਂਗੇ ਇਸ ਤਰ੍ਹਾਂ ਹੋਵੇਗਾ, ਆਹ ਚੀਜ਼ ਮਿਲ ਜਾਵੇ, ਇੰਨੀ ਕੁ ਮਾਇਆ ਆ ਜਾਵੇ, ਫਿਰ ਸੁਖੀ ਹੋ ਜਾਵਾਂਗੇ, ਧੀ ਵਿਆਹ ਲਈ ਸੁਖੀ ਹੋ ਜਾਵਾਂਗੇ, ਵੱਡਾ ਘਰ ਬਣਾ ਲਿਆ ਸੁਖੀ ਹੋ ਜਾਵਾਂਗੇ, ਦੀਰਘ ਕਾਲ ਤੱਕ ਲੱਗੀਆਂ ਹੋਈਆਂ ਆਸਾਂ। ਮਹਾਰਾਜ ਕਹਿੰਦੇ ਆਸਾਂ ਦੇ ਮਗਰ ਦੌੜੇਗਾ ਇਹ ਨਹੀਂ ਪੂਰੀਆਂ ਹੋਣੀਆਂ। ਪ੍ਰਭ ਕੈ ਸਿਮਰਨ ਪੂਰਨ ਆਸਾ, ਵਾਹਿਗੁਰੂ ਦਾ ਸਿਮਰਨ ਕਰਨ ਨਾਲ ਤੇਰੀਆਂ ਆਸਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ, ਕਿਉਂਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਜਪ ਮਨ ਸਤ ਨਾਮ ਸਦਾ ਸਤ ਨਾਮ। ਇਹ ਸਤਿਗੁਰੂ ਜੀ ਆਗਿਆ ਕਰਦੇ ਹਨ, ਸੱਚੇ ਨਾਮ ਨੂੰ ਜਪ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਹੇ ਮਨਾ ਤੂੰ ਸੱਚੇ ਨਾਮ ਨੂੰ ਜਪ,
फिर तेरिया सारिया आसा जड़िया ना वो पूरिया हो जाणगिया। प्रभ कै सिमरन मन की मल जा। मन नु किन्नी क मैल लगी है, ये साध संगत जी नाल किन्निया मैलां लगिया ने। ये तो महाराज ने कहा है कि जन्म जन्म की इस मन को मल लागी, काला हुआ स्याह हो, इन्ना काला हो गया खनली धोती उजली ना हो वही जे सौ धोवन पाहो। वह खनली वह कपड़े नू कहिंदे जिहड़े कोल्हू साफ करदे आ, जिहदे नाल रोज रोज साफ करन नाल इन्नी क मैली हो जाती है, कोई साबण नाल होर चीज नाल धुपदी नहीं, फिर दाग नहीं लैंदे। इस तरह जीव कदे कोई किसी साधन का साबण लाउंदा है, कोई किसी साधन का साबण लाउंदा है, पर साध संगत जी मन इन्ना मैला है वो साफ ही नहीं हुंदा, फिर वकारां वल नूं भजदा है, फिर बुरे ख्याल आउंदे है। क्यों आउंदे है? मन विच मैल है, मन मलीन है वकारां करके, बहुत भारी मैला हो गया। सतगुरु जी कहिंदे जदों वाहिगुरु का सिमरन करेंगा ना, ऐन सिमरन ने मैल ला देनी उत्तों मल मल के, बड़ा चमक उठेगा, फिर अपने स्वरूप नूं वेख लवेगा ए मन कि मन नहीं है तू, मन तू जोत स्वरूप है, अपना मूल पछाण। सच्चे पातशाह जी कहिंदे ने प्रभ कै सिमरन मन की मल जाए, जदों वाहिगुरु वाहिगुरु अपनी रसना तो करेगा, तेरे मन ते लगी हुई जड़ी पापा की मैल वै, विषया की मैल वै, ए अखेपक मैला सारिया तेरिया धुप जान गिया। अमृत नाम रिद माह समा। अमृत वर्गा मिठा नाम तेरे हृदय विच समा जावेगा, तेरे हृदय विच नाम जेड़ा ना वस जावेगा, उतर जावेगा गले तो थले नाम, जदों सिमरन रसना दे नाल करेगा। सच्चे पातशाह जी महाराज कहिंदे सिमरन करके वाहिगुरु विच समा जावेगा। प्रभु जी बस है साध की रसना। जेड़ा मेरा प्रभु जी है ना वाहिगुरु जी, सच्चे पातशाह कहिंदे साधुआं दी रसना ते ही वास करदा मेरा वाहिगुरु, क्योंकि साधु हर वेले रसना ते करदे आ वाहिगुरु वाहिगुरु वाहिगुरु, महाराज रसना ते वसण लग जांदे आ। सच्चे पातशाह जी कहिंदे मेरा वाहिगुरु साधुआं दी रसना ते वसदा है, इसे करके जिहड़े कोई सोझी आले पुरख हुंदे आ ना, उह कहिंदे आ कि शस्त्र तों जिहड़ा है ना उह भावें घट डर मन्नो, क्योंकि शस्त्र नाल इक जन्म नाश होना है, पर साधु दी रसना ते निरंकार दा वास है, जिहड़ा वाक निकल गया ना कई कई जन्मां तक नहीं बख्शे जावांगे। इस करके साधु दी रसना तो डरदे है कोई सोझी आले पुरख, कि साधु तो वचन नहीं कढवाउंदे, क्योंकि सतगुरु जी ने बाणी विच भी प्रमाण दित्ते है ना कि जे साधु नूं तंग करिए ते फिर जां किसे प्रकार कोई मुखौल करिए ते संतन छेती मशकरी कुल डोबन की रीत, इस तरह की हालत हुंदी है, क्योंकि साधु की रसना ते निरंकार का वास है। वह दरबाशा नाल मखौल कीता सी ना जादवां दे बच्चियां ने, दरबाशा सो करत ठगौरी जादव ए फल पाए, उन्हां नूं फिर ये फल मिलिया सी, आपस च लड़ लड़ के मरे सी, जदों दरबाशा ने कहता जाओ इहदे पेट तो पैदा होऊ जिहड़ा तुहाडी वंश नाश कर दूगा, साखी लंबी है। तो साध संगत जी सच्चे पातशाह कहिंदे जिहड़ा नाम का सिमरन करता है वाहिगुरु जी ओदी रसना ते वसन लग जांदे आ। नानक जन का दासन दसना। ऐसे वाहिगुरु दे प्यारे साधु सतगुरु कहिंदे इहो जे जना प्यारियां दे हे निरंकार सानू दासां दे भी दास बना दिओ, जिहड़े हर वेले सिमरन करदे आ ना, जिन्हां दी रसना ते वाहिगुरु जी दा वास है। हजूर कहिंदे असीं उहनां दे दासां दे भी दास बन के सेवा करिए, ये महाराज सानू सिखिया समझाउंदे आ कि जिहड़े वाहिगुरु जी नाल प्यार करदे आ, जिस गुरमुख दी रसना ते ही वाहिगुरु मंत्र दा वास है, निरंकार दा वास है, उहदे अगों दासां दे भी दास बन के महाराज कहिंदे भाई सेवा करिए, फिर वाहिगुरु जी कृपा करदे आ, निहाल करदे आ, महाराज सानू उहनां दे दासां दे दास बना लो। प्रभ कौ सिमरह से तनवंते। सच्चे पातशाह जी महाराज कहिंदे जिहड़े भाई प्रभु दा सिमरन करदे आ ना ਉਹ ਧਨ ਵਾਲੇ ਹੈ, ਉਹ ਬੜੇ ਅਮੀਰ ਹਨ, ਉਹਨਾਂ ਕੋਲ ਬੜੀ ਵਿਭੂਤੀ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਹੀ ਸੇਈ ਇਹ ਆਏ,
सफल तिना के कामा। सचे पातशाह जी महाराज कहिंदे भाई ओ धनवंत हन अमीर हन। गरीब नवाज सचे पातशाह कहिंदे जिहड़े प्रभु दा सिमरन करदे आ। प्रभ कौ सिमरहि से पतवंते। महाराज कहिंदे भाई ओ पत वाले है, इज्जत वाले है, उन्हां दी इज्जत इत्थे भी रहिंदी है ते परलोक विच भी उन्हां दी इज्जत रहिंदी है। जिहड़े वाहिगुरु दा सिमरन करदे है ओ पत इज्जत वाले हुंदे है, वकार उन्हां दी इज्जत नहीं खराब कर सकदे। नहीं ते साध संगत जी किन्ने किन्ने सोहणे कपड़े जीव पाउंदे है ते काम क्रोध उन्हां दी पाती खुआर कर दिंदे है। की सोहणे कपड़े पाए हुए करनगे जिन्हां नूं काम ने नंगियां कर छड्डिया है, क्रोध ने जिन्हां नूं साध संगत जी बेपत कर छड्डिया है। सतगुरु जी कहिंदे ने प्रभु दा सिमरन करन वाला ओ पत इज्जत वाला हुंदा है लोक परलोक दे अंदर। प्रभ कौ सिमरहि से जन परवान। ओ जन प्रमाण नीक हो जांदे है, वाहिगुरु दे दर ते सुरखरु हो जांदे है, परवान चढ़ जांदे है जेडे मेरे वाहिगुरु दा सिमरन करदे है। प्रभ कौ सिमरहि से पुरख प्रधान। ओ सारे ही साध संगत जी जियां दे प्रधान मुखी बन जांदे है, ओ पुरख जेडे वाहिगुरु दा सिमरन करदे है, नाम जपदे है। सतगुरु जी कहिंदे भाई ओ पुरख सारियां दे मुखी हुंदे है। पाछं क्रोध अग्रणी वह, जेडे पिछे पै चुके कोई नहीं पुछदा वाहिगुरु दा सिमरन करन लग जांदे है, वाहिगुरु उन्हां नूं सब दा आगू बना दिंदा है, सब दे मोहरी कर दिंदा है मेरा परमेश्वर। इउं सच्चे पातशाह कहिंदे पाछं क्रोध अग्रणी वह, निरासं आस पूर्ण है, ऐसा है मेरा वाहिगुरु उन्हां नूं सब दे आगू बना दिंदा है उन्हां पुरखां नूं। प्रभ कौ सिमरहि से बेमोहताजे। ओ साध संगत जी जिहड़ा वाहिगुरु दा सिमरन करन वाला है, सतगुरु जी कहिंदे भाई बेमोहताज हो जांदा है, ओ किसे दी खुशामदी नहीं करदा, फिर ओ किसे अगे मोहताजी नहीं कढदा, भाव किसे दे कोलों मंगदा नहीं है, ओ तां बेमोहताज हुंदा है, बेपरवाह हुंदा है, ओनू किसे दी परवाह नहीं हुंदी, वाहिगुरु दा सिमरन जो करदा है। प्रभ कौ सिमरहि से सर्व के राजे। ओ सारियां दे ही राजे बन जांदे जिहड़े वाहिगुरु दे नाम नूं सिमरदे है। साध संगत जी सचे पातशाह महाराज ने कहा राजा सगली सृष्ट का हर नाम मन भिन्ना, तिसकी धूड़ मन उदरै प्रभ होए सो प्रसन्न। ते सतगुरु जी ने बाहरी हालत दिखाई है, पहला महाराज ने कहा बस्ता टूटी झंपड़ी चीर सब छिन्ना, जात न पत न आदरो उदयान पर मिन्ना, मित्र न इठ धन रूप हीन किछ साक न सिन्ना। इथों तक ओदी बाहरों उजड़ी हुई हालत होवे, महाराज कहिंदे उन्हूं उजड़िया होया ना जाने, उन्हूं कंगाल ना जाने, राजा सगली सृष्ट का, वो तो सारी सृष्टि का राजा है। क्यों? हर नाम मन भिन्ना, हरी दे नाम विच ओदा मन भिज गया है। सचे पातशाह जी महाराज कहिंदे है तिसकी धूड़ मन उदर है प्रभ होए सो प्रसन्ना, ओदे चरणा की धूड़ लैके सगों जिया का उधार हुंदा है, मेरा वाहिगुरु उन्हां ते प्रसन्न हो जांदा है जिहड़े ऐसे रब दे प्यारियां दे चरणां दी धूड़ बणदे है। इह सच्चे पातशाह कहिंदे ने प्रभ कै सिमरन फिर पढ़ो। प्रभ कौ सिमरहि से सर्व के राजे। जिहड़े मेरे प्रभु नूं वाहिगुरु नूं सिमरदे है, महाराज कहिंदे उह सारियां दे राजे हुंदे, उन्हां दा हुक्म चलदा है। अदन देश दे बादशाह दी उह साखी आउंदी है, उन्हें अपने पुत्र नूं राज भाग दे के ना साध संगत जी जंगल च बंदगी कीती, ते बड़े सालां बाद उहदा पुत्र शिकार खेड़दा एक नदी कंडे आ निकलिया, वेख के अपने पिता नूं कहिंदा पिता जी लोक मैनूं ताने मारदे आ कि प्यो जंगलां च रुलदा फिरदा ते आप इत्थे राज दे सुख भोगदा फिरदा है, चलो किन्ना सोहणा अपना सुखदाई राज है ते तुसीं क्यों जंगलां च एवें ठोकरां खांदे हो। हस के कहिंदा पुत्र हुण तां खुदा ने मैनूं राज बख्शिश कर दिता, असल विच पहलों राज तां एवें मैं हीरियां जवाहरातां दा माण करदा सी जां विशियां वकारां विच ही एवें खुब्बिया होया सी, राज तां हुण मैनूं मिलिया। उह कहिंदा इत्थे फटे कपड़े पाए आ, बुरे हाली कंध मूल खा के गुजारा करदे आ, कदा राज मिलिया। उहने हस के कहा लिया अजमाउणा ही। कहिंदा दसो। उहने अपने कोलों इक कहिंदे सूई सिट दित्ती नदी च, कहिंदा लै तेरे राज चलदा तेरा कढ के विखाल। तो उस बड़े सिपाहियां नूं यतन कीता पर पाणी चों कित्थों सूई लभणी सी।
ਕਹਿਣ ਲੱਗਾ ਇੰਨਾ ਹੀ ਹੈ ਤੇਰਾ ਰਾਜ, ਲੈ ਵੇਖ ਹੁਣ ਸਾਡਾ ਰਾਜ ਵੇਖ। ਕਹਿੰਦਾ ਵਰਣ ਦੇਵਤਾ ਸੂਈ ਡਿੱਗੀ ਆ, ਕੱਢ ਕੇ ਫੜਾ। ਕਹਿੰਦੇ ਮੱਛੀ ਉਸੇ ਸਮੇਂ ਉਛਲੀ ਹੈ ਪਾਣੀ ਚੋਂ ਤੇ ਉਹਦੇ ਮੂੰਹ ਵਿੱਚ ਸੂਈ, ਤੇ ਸਮੇਂ ਉਹ ਦੇ ਕੇ ਤੇ ਫਿਰ ਪਾਣੀ 'ਚ ਹੀ ਚਲੇ ਗਈ। ਉਸੇ ਸਮੇਂ ਸੂਈ ਕੱਢ ਲਿਆਈ ਬਾਹਰ, ਕਹਿਣ ਲੱਗੇ ਵੇਖ ਤੇਰਾ ਰਾਜ ਚੱਲਦਾ ਕਿ ਸਾਡਾ ਰਾਜ ਚੱਲਦਾ ਹੈ। ਸਤਿਸੰਗਤ ਜੀ, ਉਹਨਾਂ ਦੇ ਆਖੇ ਤਾਂ ਹਵਾ ਵੀ ਰੁੱਖ ਬਦਲਣ ਲੱਗ ਪੈਂਦੀ ਹੈ, ਉਹਨਾਂ ਦੇ ਆਖੇ ਸੂਰਜ ਵੀ ਲੱਗਣ ਲੱਗ ਜਾਂਦਾ ਹੈ, ਪ੍ਰਕਿਰਤੀ ਕਹਿਣ ਵਿੱਚ ਚੱਲਣ ਲੱਗ ਪੈਂਦੀ ਹੈ, ਪਰ ਉਹ ਭਾਣੇ ਵਿੱਚ ਰਹਿੰਦੇ ਹੈ, ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਕੰਗਾਲ ਨਾ ਜਾਣਿਓ, ਉਹ ਤਾਂ ਭਾਈ ਸਾਰੀ ਕਾਇਨਾਤ ਦੇ ਰਾਜੇ ਹੁੰਦੇ ਹੈ, ਸਭ ਥਾਵਾਂ ਤੇ ਉਹਨਾਂ ਦਾ ਹੁਕਮ ਚੱਲਦਾ ਹੁੰਦਾ ਹੈ। ਜਿਹੜੇ ਪ੍ਰਭੂ ਨੂੰ ਸਿਮਰਦੇ ਹੈ ਉਹ ਸਾਰਿਆਂ ਦੇ ਰਾਜੇ ਹਨ। ਪ੍ਰਭ ਕਉ ਸਿਮਰੈ ਹੈ ਸੇ ਸੁਖ ਵਾਸੀ। ਮਹਾਰਾਜ ਕਹਿੰਦੇ ਭਾਈ ਉਹ ਸੁੱਖਾਂ ਵਿੱਚ ਵਾਸ ਉਹਨਾਂ ਦਾ ਹੋ ਜਾਂਦਾ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਹੈ, ਸਦਾ ਹੀ ਸੁੱਖ ਵਿੱਚ ਵਸਦੇ ਹੈ, ਦੁੱਖ ਨੇੜੇ ਨਹੀਂ ਆਉਂਦਾ। ਪ੍ਰਭ ਕਉ ਸਿਮਰੈ ਹੈ ਸਦਾ ਅਬਿਨਾਸੀ। ਵਾਹਿਗੁਰੂ ਨੂੰ ਸਿਮਰਨ ਵਾਲਾ ਸਦਾ ਅਬਿਨਾਸੀ ਪਦ ਨੂੰ ਪਹੁੰਚ ਜਾਂਦਾ ਹੈ, ਸਦਾ ਰਹਿਣ ਵਾਲੀ ਪਦਵੀ ਨੂੰ ਪਹੁੰਚ ਜਾਂਦਾ ਹੈ। ਉਹਨਾਂ ਨੂੰ ਵਾਰ ਵਾਰ ਮਰਨ ਵਾਲਾ ਦੁੱਖ ਨਹੀਂ ਮਿਲਦਾ, ਵਾਰ ਵਾਰ ਜਨਮ ਨਹੀਂ ਉਹਨਾਂ ਨੂੰ ਲੈਣਾ ਪੈਂਦਾ, ਸਦਾ ਰਹਿਣ ਵਾਲੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਜੀਵਤ 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 ਰਹੋ। ਸੱਚੇ ਪਾਤਸ਼ਾਹ ਕਹਿੰਦੇ ਜੇ ਸਦਾ ਵਾਸਤੇ ਜਿਉਂਦੇ ਰਹਿਣਾ ਤੇ ਰਾਮ ਰਸਾਇਣ ਨਿਤ ਉੱਠ ਪੀ ਬਹੁ। ਰਾਮ ਦੇ ਨਾਮ ਦੀ ਰਸਾਇਣ ਦਵਾਈ ਜਿਹੜੀ ਹੈ, ਕਿਉਂਕਿ ਕਈ ਉਹ ਕੁਸ਼ਤੇ ਮਾਰ ਮਾਰ ਖਾਂਦੇ ਰਹਿੰਦੇ ਹੈ, ਕੋਈ ਤਾਂਬਾ ਮਾਰ ਲਿਆ, ਕੋਈ ਸੋਨਾ ਭਸਮ, ਕੋਈ ਚਾਂਦੀ ਭਸਮ, ਤੇ ਮਨੋਰਥ ਕੀ ਹੈ? ਜ਼ਿੰਦਗੀ ਵੱਧ ਜਾਵੇ, ਸਵਾਸ ਤਾਂ ਨਹੀਂ ਵਧਣੇ। ਸੱਚੇ ਪਾਤਸ਼ਾਹ ਨੇ ਜਿੰਨੇ ਪਾਏ ਉਨੇ ਹੀ ਰਹਿਣੇ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਨਾਮ ਦੀ ਰਸਾਇਣ ਲੈ ਲੈ, ਫਿਰ ਕੀ ਹੋਏਗਾ? ਤਿੰਨਾਂ ਕਾਲਾਂ ਵਿੱਚ ਜੀਵਤ 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 ਰਹੋ, ਜਿਉਂਦਾ ਰਹੇਗਾ, ਜਿਉਂਦਾ ਰਹੇਗਾ, ਜਿਉਂਦਾ ਰਹੇਗਾ, ਮਹਾਰਾਜ ਨੇ ਕਿਹਾ। ਅਬਨਾਸੀ ਪਦ ਨੂੰ ਪਹੁੰਚ ਜਾਵੇਗਾ, ਸਦਾ ਰਹਿਣ ਵਾਲੀ ਪਦਵੀ ਨੂੰ ਪਹੁੰਚ ਜਾਵੇਗਾ। ਕਿੰਨਾ ਖੌਫ ਮੌਤ ਦਾ ਡਰਾਉਂਦਾ ਰਹਿੰਦਾ ਹੈ, ਖਬਰੇ ਕਿੱਧਰ ਭਟਕ ਭਟਕ ਕੇ ਫਿਰ ਵਾਸ਼ਨਾ ਨੇ ਜਨਮ ਦੇਣਾ ਹੈ। ਵਾਹਿਗੁਰੂ ਦਾ ਸਿਮਰਨ ਕਰ ਲੈ। ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਸਿਮਰਨ ਕਰਨ ਨਾਲ ਅਬਨਾਸੀ ਪਦ ਨਾਸ ਤੋਂ ਰਹਿਤ ਪਦਵੀ ਮਿਲ ਜਾਂਦੀ ਆ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਮੇਰੇ ਦਇਆ ਦੇ ਘਰ ਪਰਮੇਸ਼ਰ ਨੇ ਵਾਹਿਗੁਰੂ ਨੇ ਆਪ ਸਿਮਰਨ ਦੇ ਵਿੱਚ ਲਾਇਆ ਹੈ, ਦਇਆ ਕਰਕੇ ਮਿਹਰ ਕਰਕੇ, ਜਦੋਂ ਸੰਸਾਰ ਦੇ ਬਹੁਤ ਸਾਰੇ ਪਦਾਰਥ ਮਿਲ ਜਾਣ, ਖੁਸ਼ੀਆਂ ਮਿਲ ਜਾਣ, ਤਾਂ ਇਹ ਨਾ ਸਮਝੀ ਕਿ ਇਹ ਦਇਆ ਏ, ਜੇ ਤੇਰਾ ਭਜਨ ਵਿੱਚ ਚਿੱਤ ਨਹੀਂ ਜੁੜਿਆ ਹੋਇਆ ਤਾਂ, ਜੇ ਗੁਰੂ ਨਾਨਕ ਸਾਹਿਬ ਦੇ ਵਾਹਿਗੁਰੂ ਮੰਤਰ ਨਾਲ ਤੇਰਾ ਪਿਆਰ ਨਹੀਂ, ਸ਼ਬਦ ਵਿੱਚ ਸੁਰਤ ਨਹੀਂ ਤੇਰੀ ਜੁੜ ਰਹੀ, ਤਾਂ ਮਤਾ ਜਾਣੀ ਕਿ ਵਾਹਿਗੁਰੂ ਦਇਆਲੂ ਹੋ ਗਿਆ, ਉਹ ਤਾਂ ਤੇਰੇ ਪੁੰਨਾ ਕਰਕੇ ਤੈਨੂੰ ਸਭ ਕੁਛ ਮਿਲਿਆ ਹੋਇਆ ਹੈ। ਜਦੋਂ ਤੇਰੀ ਸੁਰਤ ਨਾਮ ਵਿੱਚ ਲੱਗ ਗਈ, ਸਮਝ ਲਈ ਗੁਰੂ ਨਾਨਕ ਸਾਹਿਬ ਦਇਆ ਕਰ ਰਹੇ ਹੈ, ਤੇਰੇ ਤੇ ਮਿਹਰਬਾਨ ਹੋ ਗਈਆਂ ਦਸ ਪਾਤਸ਼ਾਹੀਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਤੇ ਕਿਰਪਾ ਕਰ ਰਹੇ ਆ, ਜਦੋਂ ਤੇਰੀ ਸੁਰਤ ਸ਼ਬਦ ਵਿੱਚ ਲੱਗਣ ਲੱਗ ਗਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਉਹ ਹੀ ਸਿਮਰਨ ਦੇ ਵਿੱਚ ਲੱਗਦੇ ਹੈ ਜਿਨ੍ਹਾਂ ਨੂੰ ਦਇਆਲੂ ਵਾਹਿਗੁਰੂ ਨੇ, ਕਿਰਪਾ ਦੇ ਕਰਨ ਵਾਲੇ, ਦਇਆ ਦੇ ਘਰ ਪਰਮੇਸ਼ਰ ਨੇ ਆਪ ਲਾਇਆ ਏ। ਨਾਨਕ ਜਨ ਕੀ ਮੰਗੈ ਰਵਾਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਅਸੀਂ ਤਾਂ ਉਸ ਜਨ ਪਿਆਰੇ ਦੀ ਰਵਾਲਾ, ਚਰਨਾਂ ਦੀ ਧੂੜ ਮੰਗਦੇ ਹਾਂ, ਜਿਹਨੂੰ ਮੇਰੇ ਵਾਹਿਗੁਰੂ ਨੇ ਆਪ ਦੇ ਸਿਮਰਨ ਵਿੱਚ ਲਾ ਲਿਆ, ਜਿਹਨੂੰ ਨਾਮ ਮਿੱਠਾ ਲੱਗਦਾ ਹੈ, ਸਵਾਸ ਸਵਾਸ ਜਿਹੜਾ ਭਜਨ ਕਰਦਾ ਹੈ। ਹਜ਼ੂਰ ਕਹਿੰਦੇ ਐਸੇ ਜਨ ਦੀ ਪਿਆਰੇ ਦੀ ਅਸੀਂ ਰਵਾਲਾ ਧੂੜ ਚਾਹੁੰਦੇ ਹਾਂ, ਉਹਨਾਂ ਦੇ ਚਰਨਾਂ ਦੀ ਸਾਨੂੰ ਧੂੜ ਏ ਵਾਹਿਗੁਰੂ, ਬਖਸ਼ਣਾ ਕਰ। ਅਸੀਂ ਵੀ ਹੱਥ ਜੋੜ ਕਰਕੇ ਮੰਗੀਏ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਮਹਾਰਾਜ ਸਾਡਾ ਵੀ ਭਲਾ ਹੋ ਜੇ, ਨਾਮ ਦੇ ਰਸੀਆਂ ਗੁਰਸਿੱਖਾਂ ਦੇ ਚਰਨਾਂ ਦੀ ਮਹਾਰਾਜ ਸਾਨੂੰ ਧੂੜ ਬਖਸ਼ਿਸ਼ ਕਰੋ। ਇਹ ਸਾਧ ਸੰਗਤ ਜੀ ਪੰਜ ਪੌੜੀਆਂ ਹੋਈਆਂ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਕਿਉਂਕਿ ਜੋ ਆਪ ਇੱਛਾ ਕਰੀ ਦੀ ਹੈ, ਸੋਚਿਆ ਸੀਗਾ ਕਿ ਅੱਜ ਅਸ਼ਟਪਦੀ ਸੰਪੂਰਨ ਕਰਾਂਗੇ, ਪਰ ਕਾਹਲੀ ਨਾਲ ਸਾਧ ਸੰਗਤ ਜੀ ਕਥਾ ਹੁੰਦੀ ਨਹੀਂ। ਤੋ ਜਿਹੜੇ ਪ੍ਰੇਮੀ ਗੁਰਸਿੱਖ, ਕਿਉਂਕਿ ਸਤਸੰਗੀ ਹੈ, ਉਹ ਵੀ ਚਾਹੁੰਦੇ ਹੈ ਕਿ ਕਥਾ ਇੱਕ ਅਸ਼ਟਪਦੀ ਦੀ ਹੋਵੇ। ਕੁਝ ਸਤਸੰਗੀ ਕਹਿੰਦੇ ਆ ਜੀ ਦੋ ਪੌੜੀਆਂ ਹੀ ਕਰੋ, ਪਰ ਸਾਧ ਸੰਗਤ ਜੀ ਕੀ ਹੈ ਕਿ ਕਥਾ ਕਰਨੀ ਆਪਣੇ ਵੱਸ ਨਹੀਂ ਹੈ, ਜਿਵੇਂ ਜਿਵੇਂ ਸਤਿਗੁਰੂ ਜੀ ਚਲਾਉਂਦੇ ਹੈ
ਤਿਵੇਂ ਤਿਵੇਂ ਹੀ ਸਾਨੂੰ ਚੱਲਣਾ ਚਾਹੀਦਾ, ਹੌਲੀ ਹੌਲੀ ਨਾਲੇ ਆਪਾਂ ਰਸ ਲਵਾਂਗੇ, ਸਤਿਗੁਰੂ ਜੀ ਕਿਰਪਾ ਕਰਨ। ਜੇ ਮਹਾਰਾਜ ਨੂੰ ਪਾਇਆ ਤੇ ਸ਼ਾਇਦ ਅੱਧੀ ਅਸ਼ਟਪਦੀ ਜਾਂ ਪੂਰੀ ਅਸ਼ਟਪਦੀ ਹੈ ਤੇ ਮਹਾਰਾਜ ਦੀ ਮੌਜ ਹੈ, ਜਿਵੇਂ ਕਥਾ ਜਿਹੜੀ ਇਹ ਚਾਲ ਨਾਲ ਚੱਲੇਗੀ ਉਹ ਤਾਂ ਸਤਿਗੁਰੂ ਜੀ ਜਾਣਦੇ। ਇਸ ਕਰਕੇ ਮੇਰੇ ਵੀ ਮਨ ਵਿੱਚ ਕਾਹਲੀ ਹੋ ਜਾਂਦੀ ਜਦੋਂ ਕੋਈ ਗੁਰਮੁਖ ਕਹਿੰਦੇ ਆ ਕਿ ਬਾਬਾ ਜੀ ਥੋੜੀ ਕਥਾ ਕਰਦੇ ਹੋ ਜੇ ਥੋੜੀ ਛੇਤੀ ਕਰਿਆ ਕਰੋ, ਤੇ ਛੇਤੀ ਕਥਾ ਹੁੰਦੀ ਨਹੀਂ। ਇਸ ਕਰਕੇ ਮਾਫ਼ੀ ਦੇਣੀ, ਕਿਉਂਕਿ ਅਸੀਂ ਤਾਂ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਵਨ ਹਾਰੋ ਜਾਣੈ। ਤੁਸੀਂ ਪਿਆਰ ਨਾਲ ਸੁਣਦੇ ਹੋ, ਜਿਹੜੀ ਇਕਾਗਰਤਾ ਨਾਲ ਤੁਸੀਂ ਸੁਣਦੇ ਹੋ ਤੁਹਾਡੀ ਇਕਾਗਰਤਾ ਹੀ ਕਥਾ ਕਰਾ ਦਿੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਬਖਤੇ ਤੇ ਸਰੋਤੇ ਵਿੱਚ ਵੱਸਦੇ ਆ ਨਾ ਆਪ, ਉਦੋਂ ਸਾਧ ਸੰਗਤ ਜੀ ਕਥਾ ਹੁੰਦੀ ਹੈ ਤੇ ਕਥਾ ਵਿੱਚ ਜੁੜ ਜਾਈਦਾ ਹੈ। ਆਪ ਜੀ ਨੇ ਆਸ਼ੀਰਵਾਦ ਦੇਣੀ, ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦੀ ਕਥਾ ਕਰ ਸਕੀਏ, ਦਿਲੋਂ ਅਸੀਸ ਦੇਣੀ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਭੁੱਲਾਂ ਨਾ ਚਿਤਾਰਨੀਆਂ, ਬਖਸ਼ ਲੈਣਾ, ਸਤਿਗੁਰੂ ਜੀ ਰਹਿਮਤ ਕਰਨ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।